ਸ਼੍ਰੀਕਾਲ ਆਦਾਬ ਨਮਸਕਾਰ ਕੀ ਹਾਲ ਚਾਲ ਠੀਕ ਠਾਕ ਹੋ ਜੀ ਸਾਰੇ ਅਤੇ ਲਓ ਜੀ ਨਵੇਂ ਦਿਨ ਦੀ ਸ਼ੁਰੂਆਤ ਹੋ ਗਈ ਹੈ ਡੇਲੀ ਡੋਜ਼ ਦੇ ਨਾਲ ਅਤੇ ਅੱਜ ਦੇ ਸ਼ੋਅ ਦੇ ਵਿੱਚ ਆਪਾਂ ਕਰਨੀ ਨੇ ਬਹੁਤ ਸਾਰੀਆਂ ਗੱਲਾਂ ਬਾਤਾਂ ਪਰ ਅੱਜ ਦੇ ਸ਼ੋਅ ਦੇ ਵਿੱਚ ਨਾ ਮੈਂ ਇਕੱਲੀ ਨਹੀਂ ਹੋਵਾਂਗੀ ਗੱਲਾਂ ਬਾਤਾਂ ਕਰਨ ਦੇ ਲਈ ਕਿਉਂਕਿ ਸਾਡੇ ਨਾਲ ਸਪੈਸ਼ਲ ਗੈਸਟ ਹੋਣਗੇ ਸਪੈਸ਼ਲ ਗੈਸਟ ਨੂੰ ਅਸੀਂ ਇਨਵਾਈਟ ਕੀਤਾ ਜੀ ਅੱਜ ਆਪਣੇ ਸ਼ੋਅ 'ਚ ਥੋੜ੍ਹੀ ਜਿਹੀ ਦੇਰ ਬਾਅਦ ਆਪਾਂ ਤੁਹਾਡੀ ਉਹਨਾਂ ਦੇ ਨਾਲ ਮੁਲਾਕਾਤ ਕਰਵਾ ਦਿੰਦੀ ਹੈ ਚੱਲ ਥੋੜ੍ਹਾ ਜਿਹਾ ਰਿਵੀਲ ਕਰ ਹੀ ਦਿੰਦੀ ਹਾਂ ਐਕਚੁਅਲੀ ਮੈਂ ਨਾਮ ਨਹੀਂ ਦੱਸਾਂਗੀ ਪਰ ਪੰਜਾਬੀ ਮੂਵੀ ਤਾਂ ਮੈਨੂੰ ਪਤਾ ਕਿ ਤੁਹਾਨੂੰ ਬਹੁਤ ਪਸੰਦ ਹੋਣਗੀਆਂ ਹੈ ਨਾ ਸੋ ਪੰਜਾਬੀ ਮੂਵੀਜ਼ ਤਾਂ ਸਾਡੇ ਪੰਜਾਬੀਆਂ ਨੂੰ ਹੁੰਦੇ ਲੱਗਦੀਆਂ ਹੀ ਵਧੀਆ ਨੇ ਅਤੇ ਅੱਜ ਇੱਦਾਂ ਹੀ ਕਿਸੇ ਪੰਜਾਬੀ ਮੂਵੀ ਦੀ ਕਾਸਟ ਜਿਹੜੀ ਆ ਉਹ ਮੇਰੇ ਨਾਲ ਹੋਣ ਵਾਲੀ ਉਹਨਾਂ ਦੀ ਸਟਾਰ ਕਾਸਟ ਜਿਹੜੀ ਆ ਅਤੇ ਉਹਨਾਂ ਦੇ ਨਾਲ ਆਪਾਂ ਮੂਵੀਜ਼ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਨੀਆਂ ਮੂਵੀ ਕਿਹੜੀ ਹੈਗੀ ਆ ਇਹ ਵੀ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸ ਦਿੰਦੀ ਹਾਂ ਜੀ ਮੂਵੀ ਆਉਣ ਵਾਲੀ ਆ ਜੀ ਮਿੰਦੋ ਤਹਿਸੀਲਦਾਰ ਅਤੇ ਵੈਲਕਮ ਕਰਦੇ ਹਾਂ ਜੀ ਸੋ ਵੈਲਕਮ ਹੈ ਜੀ ਸਾਡੇ ਨਾਲ ਹੈ ਜੀ ਕਰਮਜੀਤ ਅਨਮੋਲ ਜੀ ਹਰ ਮੂਵੀ ਦੀ ਸ਼ਾਨ ਅਤੇ ਨਾਲ ਦੀ ਨਾਲ ਬਹੁਤ ਹੀ ਸੋਹਣੀ ਜੀ ਕੁੜੀ ਕਵਿਤਾ ਕੌਸ਼ਿਕ ਜੋ ਕਿ ਹੁਣ ਤਹਿਸੀਲਦਾਰ ਨਹੀਂ ਬਣ ਚੁੱਕੀ ਹੈ ਸੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੋ ਮੈਂ ਇਹ ਕਹਿ ਰਹੀ ਹਾਂ ਕਿ ਪਹਿਲਾਂ ਤੁਸੀਂ ਟੀਚਰ ਬਣੇ ਸੀਗੇ ਪਹਿਲੀ ਮੂਵੀ 'ਚ ਮਤਲਬ ਕਿ ਇੰਨੀ ਟੀਚਰ ਦੇ ਨਾਲ ਨਾਲ ਇੰਨੀ ਪੜ੍ਹਾਈ ਕਰ ਲਈ ਕਿ ਸਿੱਧਾ ਤਹਿਸੀਲਦਾਰ ਨਹੀਂ ਬਣ ਗਏ ਹੋ ਸਿੱਧਾ ਹੀ ਲੱਗ ਗਏ ਹੋ ਪਲੱਸ ਟੀਚਰ ਬਣੀ ਥੀ ਔਰ ਡਰਾਈਵਰ ਸੇ ਦੇਖੋ ਮੁਝੇ ਪਿਆਰ ਹੋ ਗਿਆ ਡਰਾਈਵਰ ਵੋ ਜਿਸ ਕੋ ਬਤਾ ਰਹਾ ਤਸਲੇ ਜੈ ਸਮੂਹ ਵਾਲੇ ਹਾਂ ਅਰੇ ਉਠਣੀ ਸਮੂਹ ਵਾਲੇ ਬਿਲਕੁਲ ਇਨਕੋ ਮੈਨੇ ਇਤਨਾ ਛੇੜਾ ਥਾ ਪਹਿਲੀ ਫਿਲਮ ਮੇ ਵੇਗ ਬਰਾਤਾ ਚਲਿਆ ਮੇ ਇਨਕੋ ਮੈਨੇ ਤਸਲੇ ਸੇ ਮੂਹ ਵਾਲੇ ਔਰ ਉਠਣੀ ਸੇ ਮੂਹ ਵਾਲੇ ਮੇਰੀ ਛੇੜ ਛਾੜ ਇਨਕੇ ਸਾਥ ਤਬ ਸੇ ਜੋ ਟਾਂਕਾ ਭਿੜਾ ਹੈ ਕਿ ਅਬ ਮਿੰਦੋ ਤਹਿਸੀਲਦਾਰ ਨਹੀਂ ਪਤਾ ਹੀ ਨਹੀਂ ਚਲਾ ਕਿ ਕੈਸੇ ਪਿਆਰ ਮੇ ਪਿਆਰ ਮੇ ਬਦਲ ਗਈ ਦੇਖੋ ਸੋ ਮਤਲਬ ਕਿ ਇਹ ਵੈਸੇ ਟੀਚਰ ਦੇ ਨਾਲ ਨਾਲ ਪੜ੍ਹਾਈ ਆਪ ਇੰਨੀ ਕੀਤੀ ਜਾਂ ਫਿਰ ਡਰਾਈਵਰ ਸਾਹਿਬ ਨੇ ਮਦਦ ਕੀਤੀ ਹੈ ਮੈਂ ਪੜਾਇਆ ਤਾਂ ਹੀ ਤਾਂ ਮੇਰੇ ਕੋਲ ਟਿਊਸ਼ਨ ਲਾਈਆਂ ਤਾਂ ਹੀ ਤਾਂ ਤਹਿਸੀਲਦਾਰ ਨਹੀਂ ਬਣੀ ਤਾਂ ਹੀ ਤਹਿਸੀਲਦਾਰ ਨਹੀਂ ਬਣੀ ਹੈ ਅੱਛਾ ਜੀ ਵਾਹ ਜੀ ਵਾਹ ਕਿਉਂਕਿ ਜਦੋਂ ਇਹਨਾਂ ਦੀ ਐਂਟਰੀ ਹੋਈ ਸੀ ਪੰਜਾਬੀ ਮੂਵੀਜ਼ ਦੇ ਵਿੱਚ ਟੀਚਰ ਸੀਗੇ ਉਦੋਂ ਤੁਸੀਂ ਦੇਖਿਆ ਵੀ ਹੋਣਗੀਆਂ ਫਿਲਮਾਂ ਜੀ ਵੇਖ ਬਰਾਤਾਂ ਚੱਲੀਆਂ ਅਤੇ ਇਹ ਡਰਾਈਵਰ ਸੀਗੇ ਉਦੋਂ ਫਿਰ ਇਹਨਾਂ ਨੇ ਇੰਨੀ ਮਦਦ ਕੀਤੀ ਇਹਨਾਂ ਦੀ ਇੰਨੀ ਮਦਦ ਕੀਤੀ ਸ਼ੀਸ਼ੇ ਦੇ ਵਿੱਚ ਦੇਖਦੇ ਰਹਿੰਦੇ ਸੀ ਇਹਨਾਂ ਨੂੰ ਪਿੱਛੇ ਵਿੱਚ ਅਤੇ ਇਹਨਾਂ ਨੇ ਆਪਣੇ ਦੋਸਤ ਨੂੰ ਹੀ ਧੋਖਾ ਦੇ ਕੇ ਅਤੇ ਬਸ ਪਤਾ ਹੀ ਨਹੀਂ ਲੱਗਾ ਹਨਾ ਐਕਚੁਅਲੀ ਮੈਂ ਇੱਕ ਬਾਤ ਯਹਾਂ ਕਹਿਣਾ ਚਾਹੂੰਗੀ ਕਿਉਂਕਿ ਮੁਝੇ ਇੱਕਦਮ ਯਾਦੇ ਤਾਜ਼ਾ ਹੋ ਰਹੀ ਹੈ ਮੈਂ ਵੇਗ ਬਰਾਤਾ ਚਲਿਆ ਕਿ ਪ੍ਰਮੋਸ਼ਨ ਕੇ ਲਈ ਵੀ ਆਪਕੇ ਇਸ ਸ਼ੋਅ ਮੇ ਆਈ ਥੀ ਔਰ ਸੇਮ ਸਟੂਡੀਓ ਔਰ ਤਬ ਨਾ ਮੈਂ ਬਿਲਕੁਲ ਆਊਟਸਾਈਡਰ ਜੈਸਾ ਫੀਲ ਕਰ ਰਹੀ ਥੀ ਔਰ ਮੁਝੇ ਯੂ ਨੋ ਬੜਾ ਅਜੀਬ ਸਾ ਲੱਗ ਰਿਹਾ ਥਾ ਕਿ ਪਤਾ ਨਹੀਂ ਮੁਝੇ ਯਹਾਂ ਕੀ ਆਡੀਅੰਸ ਐਕਸੈਪਟ ਕਰੇਗੀ ਪਿਆਰ ਕਰੇਗੀ ਜਾਂ ਨਹੀਂ ਕਰੇਗੀ ਔਰ ਆਜ ਮੁਝੇ ਯੂ ਨੋ ਆਪਣੀ ਫੋਰਥ ਫਿਲਮ ਲੈ ਕਰ ਆ ਰਹੀ ਹੂੰ ਐਂਡ ਕਰਮਜੀਤ ਇਤਨਾ ਪਿਆਰ ਕਰਤੇ ਲੋਕ ਪੰਜਾਬ ਮੇ ਐਂਡ ਦਾ ਫੈਕਟ ਦੈਟ ਯੂ ਨੋ ਮੈਂ ਇਨਕੇ ਸਾਥ ਬੈਠੀ ਹੂੰ ਜਾਂ ਇਤਨਾ ਪਿਆਰ ਲੋਕ ਇਨਕੋ ਕਰਤੇ ਮੀਨਸ ਥੋੜ੍ਹਾ ਸਾ ਮੁਝੇ ਵੀ ਕਰਤੇ ਹੋਗੇ ਆਈ ਐਮ ਫੀਲਿੰਗ ਸੋ ਗੁੱਡ ਟੂ ਬੀ ਬੈਕ ਔਨ ਡੇਲੀ ਡੋਜ਼ ਇਨ ਦਿਸ ਸਟੂਡੀਓ ਸੋ ਥੈਂਕ ਯੂ ਵੈਰੀ ਮੱਚ ਫੋਰ ਹੈਵਿੰਗ ਮੀ ਹੈਵਿੰਗ ਅਸ ਥੈਂਕ ਯੂ ਸੋ ਮੱਚ ਫੋਰ ਕਮਿੰਗ ਸੋ ਵਾਕਿਆ ਪੰਜਾਬੀਆਂ ਦਾ ਦਿਲ ਹੀ ਜਿਹੜਾ ਉਹ ਬਹੁਤ ਵੱਡਾ ਮੈਂ ਨਾ ਕਿਸੇ ਨੂੰ ਬੇਦਖਲ ਕਰਾਉਣਾ ਆਪਣੀ ਪ੍ਰੋਪਰਟੀ ਚੋਂ ਅੱਛਾ ਉਹਦੇ ਬਾਰੇ ਥੋੜਾ ਸਿਸਟਮ ਦੱਸੋ ਓਕੇ ਓਕੇ ਤੂੰ ਇਹ ਆਪ ਹੀ ਕੀ ਪ੍ਰੋਪਰਟੀ ਹੈ ਮੇਰੀ ਖੁਦ ਦੀ ਪ੍ਰੋਪਰਟੀ ਹੈ ਤੂੰ ਪ੍ਰੋਪਰਟੀ ਦਾ ਕੰਮ ਕਰਦਾ ਨਹੀਂ ਨਹੀਂ ਤਹਿਸੀਲਦਾਰਨੀ ਜੀ ਕੋ ਆਇਆ ਮੈਂ ਪ੍ਰੋਪਰਟੀ ਚੋਂ ਬੇਦਖਲ ਕਰਾ ਦਿੱਤਾ ਅੱਛਾ ਅੱਛਾ ਇਹ ਮੇਰਾ ਭਰਾ ਲੇਕਿਨ ਕਿਸ ਨੇ ਕਰ ਲਿਆ ਕਬਜ਼ਾ ਉਹ ਕੌਣ ਹੈ ਕਬਜ਼ਾ ਬਦੋਬਦੀ ਦਾ ਕਬਜ਼ਾ ਹੈ ਕੌਣ ਇਹਨਾਂ ਦਾ ਮੇਰੀ ਸਿਸਟਰ ਦਾ ਓਏ ਮੈਂ ਕਿਹੜਾ ਕਬਜ਼ਾ ਤੇਰੇ ਨਾਮ ਪਹਿਲਾਂ ਭਾਈ ਮੈਨੂੰ ਇਹ ਦੱਸ ਪ੍ਰੋਪਰਟੀ ਕਿਹੜੀ ਹੈ ਕਿਉਂ ਡੈਡੀ ਨੇ ਕਿਹਾ ਨਹੀਂ ਸੀਗਾ ਕਹਿੰਦੇ ਦੇਖੋ ਅੱਧੀ ਉਹਦੇ ਨਾਲ ਹੋਊਗੀ ਅੱਧੀ ਕੁੜੀ ਦੇ ਨਾਲ ਹੋਊਗੀ ਜਦ ਕੁੜੀ ਨੇ ਕਿਸੇ ਘਰ ਚਲ ਜਾਣਾ ਫਿਰ ਉਹਦੇ ਨਾਲ ਕਿਉਂ ਕਰਨੀ ਨਹੀਂ ਨਹੀਂ ਬਟ ਦੇਖੋ ਇਕੁਆਲਿਟੀ ਆਫ ਮੈਨ ਐਂਡ ਵੂਮਨ ਕੇ ਲਈ ਤਾਂ ਮੈਂ ਵੀ ਖੜੀ ਹਾਂ ਕੁੜੀਆਂ ਮੁੰਡਿਆਂ 'ਚ ਫਰਕ ਕਿਉਂ ਬਈ ਬਿਲਕੁਲ ਕੁੜੀਆਂ ਵੀ ਬਰਾਬਰ ਦੀਆਂ ਹੱਕਦਾਰ ਨੇ ਨਹੀਂ ਤੇ ਧੀਆਂ ਤਾਂ ਬਲਕਿ ਵੱਧ ਹੱਕਦਾਰ ਨੇ ਵੱਧ ਹੱਕਦਾਰ ਹੈ ਨਾ ਤੇ ਫਿਰ ਕੰਮ ਵੀ ਵੱਧ ਕਰਿਆ ਕਰੋ ਘਰ 'ਚ ਵੱਧ ਹੀ ਕਰਦੀ ਆ ਮੈਂ ਦੇਖ ਲਾ ਤਾਂ ਤੂੰ ਮੇਰੇ ਪਿੱਛੇ ਪਿੱਛੇ ਜਿੱਥੇ ਮਰਜ਼ੀ ਪਹੁੰਚ ਸਹੀ ਬਾਤ ਹੈ ਇਤਨਾ ਅੱਛਾ ਕੰਮ ਕਰ ਰਹੀ ਹੈ ਮਿਹਨਤ ਕਰ ਰਹੀ ਹੈ ਤੂੰ ਡਿਸਟਰਬ ਕਰਨੇ ਆ ਗਿਆ ਬਲਕਿ ਕੰਮ ਮੇ ਦਖਲ ਦੇ ਰਹਾ ਸਹੀ ਲਿਖਿਆ ਕਿਸੇ ਨੇ ਕਹਿੰਦੇ ਪੁੱਤ ਬਣਾਉਣ ਜ਼ਮੀਨਾਂ ਧੀਆਂ ਦੁੱਖ ਬਣਾਉਂਦੀਆਂ ਨੇ ਸਹੀ ਗੱਲ ਉਹ ਮੈਂ ਜ਼ਮੀਨ ਥੋੜਾ ਵੰਡਾ ਰਿਹਾ ਮੈਂ ਤੇ ਇਹਨਾਂ ਨੂੰ ਤੂੰ ਤਾਂ ਇਹਦੇ ਵਾਲੀ ਵੀ ਹਿੱਸੇ ਦੀ ਲਈ ਜਾਂਦਾ ਸੋ ਦਾਸੀ ਦੇ ਤਾਂ ਤੂੰ ਤਾਂ ਸਿੱਧਾ ਹੀ ਆ ਕੇ ਪਹੁੰਚ ਗਿਆ ਮੈਂ ਤਹਿਸੀਲਦਾਰ ਜੀ ਸਾਹਿਬ ਨੂੰ ਕਹੂੰਗਾ ਤੈਨੂੰ ਵਾਕਈ ਬੇਦਖਲ ਕਰਨਾ ਚਾਹੀਦਾ ਸੁਣੋ ਜੀ ਆਪਣੀ ਭੈਣ ਦੀ ਪ੍ਰਾਪਰਟੀ ਤੱਕ ਰੱਖੀ ਹੈ ਨਾ ਤਾਂ ਤੈਨੂੰ ਸੱਚੀ ਬੇਦਖਲ ਕਰੋ ਮੇਮੇ ਕੋ ਇੱਕ ਬਾਤ ਕਰ ਤੂੰ ਸਿਰਫ ਇੱਕ ਕੁਐਸਚਨ ਦਾ ਜਵਾਬ ਤੇਰਾ ਨਾਂ ਕੀ ਹੈ ਬੋਲਤੀ ਵੰਦ ਉਹ ਬਸ ਹੋ ਗਈ ਤੇਰੀ ਇੱਕ ਮੇਕੋ ਸਵਾਲ ਦਾ ਜਵਾਬ ਦੇ ਦੇ ਫਿਰ ਮੈਂ ਪੱਕਾ ਤੇਰਾ ਕੇਸ ਸੋਲਵ ਕਰ ਦੂੰਗੀ ਠੀਕ ਹੈ ਤੁਮ ਦੋਨੋਂ ਇੱਕ ਹੀ ਫੈਮਿਲੀ ਕਿਉਂ
पापा की किस्मती नाल। तो फिर वो इतनी सुंदर और तू कैसे नहीं लग रहा सेम फैमिली का? दो मिनट अगर दो मिनट तुम मैं ब्रेक दे दो ना मैं दीदी का मुंह धोवा दा। मेरा कहने का मतलब मैं दीदी बारे दसा दीदी की लगाते इन्नी स्किन क्लीन आ। वैसे मैं तेरे प्यार में कहीं कवि ना बन जाऊं कविता। ਇਹ ਤੇ ਹਰੇਕ ਦੇ ਪਿਆਰ ਚ ਬਣ ਜਾਂਦਾ। ਇਹਦੀ ਉਮਰ ਦੇਖ ਲੋ ਹੈਗੀ ਆ ਹਜੇ। ਤੂੰ ਬੱਚਾ ਤੇਰੇ ਦੂਧ ਕੇ ਦਾਂਤ ਟੁੱਟ ਗਏ, ਤੂੰ ਇਹ ਸਭ ਗਾਣੇ ਗਾ ਰਿਹਾ ਲੜਕੀ ਕੋ ਦੇਖ। ਹਾਂਜੀ ਦੁੱਧ ਦੇ ਟੁੱਟ ਗਏ ਸੀਗੇ ਤੇ ਤੀਜੀ ਕਲਾਸ ਤੇ ਹਜੇ। ਹਾਂ ਕਿੰਨੇ ਸਾਲ ਹੋ ਗਏ ਤੀਜੀ ਕਲਾਸ ਚ? ਗਿਣੇ ਨਹੀਂ ਸੀਗੇ ਬਸ ਜਾਂਦਾ ਹੀ। ਅਸੀਂ ਤਾਂ ਅੱਕ ਕੇ ਇਹਨੂੰ ਰੋਜ਼ ਡੈਡੀ ਜਾਂਦੇ ਨੇ ਬਸ ਫੇਰ ਤੀਜੀ ਕਲਾਸ ਚ ਕਰਾ ਕੇ ਆ ਜਾਂਦੇ ਨੇ, ਅੱਗੇ ਵੱਧਦਾ ਹੀ ਨਹੀਂ। ਤੁਸੀਂ ਮੇਰੇ ਬਾਰੇ ਛੱਡੋ। ਵੈਸੇ ਮੇਰੇ ਡੈਡੀ ਕਹਿੰਦੇ ਕਿ ਤੂੰ ਮੇਰਾ ਅਨਮੋਲ ਰਤਨ ਹੈ। ਮੈਨੂੰ ਅਨਮੋਲ ਅਨਮੋਲ ਕਹਿੰਦੇ ਘਰ ਚ। ਤੇ ਇਸੇ ਹਿਸਾਬ ਨਾਲ ਹੁੰਦੇ ਨੇ ਇਦਾਂ ਦੇ ਨਹੀਂ। सुन तू अनमोल है तो कि ये क्या करमजीत कौशिक है? वैसे मैं सच्ची तुहानू पूछना चाहना, इन्नी सोहनी तहसीलदारनी बारे किन्ने सोचिया? यही मैं बोलना चाहूंगी कि खूबसूरती, वेलनेस, हेल्थ, मन, तन, इमोशन सब कुछ स्ट्रॉन्ग रहता है अगर तुसी योगा करते। बिल्कुल बिल्कुल। मैं तो इतना योगा किया, योगा मुक्कण वाला करता। मैं तो ਤੁਹਾਨੂੰ ਦੇਖਿਆ, ਤੁਸੀਂ ਕਹਿ ਰਹੇ ਸੀ ਦਰਖਤਾਂ ਤੇ ਲਟਕੇ ਰਹਿੰਦੇ ਨੇ। ਬਿਲਕੁਲ ਦਰਖਤਾਂ ਤੇ ਲਟਕੇ ਰਹਿੰਦੇ, ਲੋਕ ਦੇਖਦੇ ਵੀ ਇਹ ਕਿਹੜਾ ਦਰਖਤ ਹੈ ਜਿਹਦੇ ਤੇ ਕੁੜੀਆਂ ਲੱਗਦੀਆਂ। ਸੋ ਕੀ ਰਾਜ ਹੈ, ਮਤਲਬ ਕਿ ਸ਼ੂਟਿੰਗ ਤੇ ਵੀ ਪੂਰਾ ਯੋਗਾ सिखाया इन्होंने भी कुछ? अरे ये बस इनको पराठे खाने से अगर कोई खींच ले, जब देखो ये कुछ ना कुछ खाते या खिलाते रहते हैं। लंच कर लिया, उसके बाद शाम को चाय का टाइम होता है, उसमें भी पराठे, और मुझे कह रहे पराठे खा लो, सब्जी खा लो। मैंने कहा अभी तो लंच किया है, तो चाय का टाइम है। नहीं नहीं चाय नाल, कुछ नाल मतलब एक पूरा आ रहा है, सब्जी, चटनी, पराठे, समोसे। अच्छा किधर ही लगती हो लाइफ? वैसे वधिया लगते पाजी खाते हो तो? हाँ ऑफ कोर्स, माहौल तो बहुत अच्छा लगता है, सब खाते पीते रहते हैं, लेकिन मुझे बस वो माहौल ही अच्छा लगता है, मेरे को ये टीवी नहीं चाहिए। वैसे परांठे खवाए नहीं इन्होंने तो? बहुत पूछ लो ना, तो पूछ लो। अच्छा अरे इनके घर से रोज खाना आता है, इनकी वाइफ जो है पूरी टीम के लिए, पूरी यूनिट के लिए खाना भेजती है, घर का बना हुआ, और वो भी एक दो चीजें नहीं, पूरी वैरायटी। अच्छा मतलब पूरा कढ़ी भी आ रही है, तो बढ़िया सब्जी भी आ रही है, साग भी आ रहा है, मतलब हर तरह तरह के व्यंजन, प्लस मिठाई, स्वीट डिश। और वो पूछती हैं फिर आके कि अच्छा लगा खाना, कुछ नमक मिर्ची ज्यादा कम, पूरा रिव्यू लेती हैं कि सब खुश हैं कि नहीं। ये नहीं कि जस्ट भेज दिया, मतलब एवरीवन हैज टू बी सैटिस्फाइड। तो बहुत अच्छी इनकी मेहमान नवाजी, ऐसे कह सकते हैं कि तुम्हारे ढिड पीछे तुम्हारी वाइफ का हाथ है। क्या बात है। सो जेडी भी कहंदे कि इंसान जब आगे बढ़ता है तो ओदे पीछे कोई ना कोई औरत होती है। सो आप अंचो रहने दो, फिर तुम कहोगे कि मेरा मजाक उड़ाता है ना। नहीं नहीं अड़ाओ अड़ाओ पूरा उड़ाइए। बिल्कुल। अच्छा क्योंकि कल्ला ए मतलब कि तुम तो हर एक मूवी दे विच सारेयां दा उड़ाने है ना, कल्ला तुहानू हक नहीं हो सकदा। सो वैसे आपा तू देख ला कि घरों खाना आंदा जदों कोई बाहर काम करे। मैं देख ला किन्ना काम करदी आं, ऑफिस आंदी आं, तू मेरे पिछे कदी कुछ करन आया ना, किन्ना काम कर, रोटी खवा। 3 घंटे तुहानू मेकअप नू लगदे ने, ठीक है? 3 घंटे मेकअप दे भाजी अलग, ते जेड़ा 2 घंटे वालां नू लगदे ओ अलग। हुण दसो किन्ने होगे? 5 घंटे। 5 घंटे ते तां वी जे इहो जी चीज निकले ते मेरे हथ खड़े। रानियां लगाती है टाइम तैयार होने में। रानी है वो क्लियोपेट्रा, इतनी सोहनी कुड़ी है। हां क्लियोपेट्रा दा नाम सुना है? वो सवेरे उठती थी, शाम को रेडी होके निकलती थी, वो पूरा दिन लगता था। और रानी मिनी क्लियोपेट्रा है ये। वाह वाह केड़ी पेट्रा। एनीवेज ली। अच्छा वैसे तुसी इन्ने सोहने सोहने करैक्टर्स किते ने, हर जगह ते छाए हो तुसी। सो स्वीट। हुण जेड़ा करैक्टर हैगा एदे नाम नाल तुहानू जाणिया जा रिहा, मिंदो मिंदो ते नहीं कहंदे घरे तुहानू? मैं उम्मीद कर रही हूँ कि जैसे ही फिल्म रिलीज हो जाए मुझे सब चंद्रमुखी चौटाला का नाम भूल जाए, कविता का भी नाम भूल जाए, लोग मिंदो मिंदो की रोट लगा रियली। बस ये मेरी रब तो प्रार्थना। मैं वैसे ये डर है कि जड़ियां पिंडा दे विच जिन्ना दा भी नाम मिंदो होएगा उन्ना सारे नु तहसीलदार नहीं कहण लग जाणगे। अच्छा तहसीलदार नहीं तो मैनूं गल याद आई, हुण तुहाडा नाम तहसीलदार नहीं है ना, जे पुलिस वाले दी वाइफ होवे उहनूं कहिंदे ने पुलिस वाली है ना, पटवारी दी पटवारन,
ਤਹਿਸੀਲਦਾਰਨੀ ਦੇ ਹਸਬੈਂਡ ਨੂੰ ਕੀ ਕਹਾਂਗੇ? ਤਹਿਸੀਲਦਾਰਨੀ ਦਾ ਅੱਗੇ ਗਾਲ ਵੀ ਹੋ ਸਕਦੀ ਹੈ, ਪਰ ਤਹਿਸੀਲਦਾਰਨੀ ਨਹੀਂ ਤਹਿਸੀਲਦਾਰ, ਹਾਂ ਤਹਿਸੀਲ ਐਨ ਚ ਸਰ ਸਕਦਾ ਸੀ, ਉਹ ਕਿਵੇਂ ਤਹਿਸੀਲਦਾਰ ਹੋ ਜਾਏਗਾ? ਉਹ ਤਾਂ ਹਸਬੈਂਡ ਹੀ ਹੈ ਨਾ, ਪੋਸਟ ਤੇ ਫਿਰ ਉਹ ਕਿਹੜਾ ਤਹਿਸੀਲਦਾਰ ਨਹੀਂ ਬਣਦਾ? ਤਹਿਸੀਲਦਾਰਨੀ ਦਾ, ਤਹਿਸੀਲਦਾਰਨੀ ਦਾ ਹੀਰੋ ਤੂੰ, ਮੁੰਡਾ ਵੀ ਹੋ ਸਕਦਾ ਫਿਰ, ਕਹੋਗੇ ਤਹਿਸੀਲਦਾਰ ਮੁੰਡਾ ਥੋੜਾ ਹੋਊਗਾ ਮੈਂ। ਹਾਂਜੀ ਹੁਣ ਸੋਚ ਕੇ ਦੱਸੋ, ਨਹੀਂ ਹਾਈਟ ਤੋਂ ਤੂੰ ਮੁੰਡਾ ਵੀ, ਮੁੰਡਾ ਕੀ ਕਰਾਂ ਯਾਰ, ਐਡੀ ਲੰਬੀ ਹੀਰੋਇਨ ਮੈਂ ਖੁਦ ਹੀ ਲੈ ਲਈ, ਕੀ ਕਰਾਂ। ਉਹੀ ਮੈਂ ਉਹੀ ਮੇਰੇ ਦਿਮਾਗ 'ਚ ਇੱਕ ਗੱਲ ਸੀਗੀ ਭਾਜੀ, ਕਹਿੰਦੇ ਨੇ ਕਿ ਅੱਜ ਕੱਲ੍ਹ ਜਿਹੜੀਆਂ ਕੁੜੀਆਂ ਨੇ ਉਹ ਮੋਢੇ ਨਾਲ ਮੋਢਾ ਮਿਲਾ ਕੇ ਚੱਲ ਰਹੀਆਂ ਨੇ, ਬਿਲਕੁਲ ਤੁਸੀਂ ਕਿੱਦਾਂ ਮਿਲਾਇਆ? ਮੈਨੂੰ ਤਾਂ ਐ ਲੈ ਕੇ ਤੁਰਦੇ ਆ ਅੰਦਰ, ਮੋਢੇ ਦੇ ਅੰਦਰ। ਐਕਚੁਅਲੀ ਇਹਨਾਂ ਨੇ ਨਾ ਸਿਰਫ ਹੀਰੋਇਨ ਲੰਬੀ ਕਾਸਟ ਕੀ ਹੈ, ਇਹਨਾਂ ਨੇ ਸਾਰੇ ਕਲਾਕਾਰ ਸਪੋਰਟਿੰਗ ਕਾਸਟ ਪੈਰਲਲ ਲੀਡ ਸਭ ਇਹਨਾਂ ਨੇ, ਸਾਰੇ ਲੰਬੇ, ਸਾਰੇ ਲੰਬੇ ਲੋਕ ਆ, ਸਭ ਮੇਰੇ ਸੇ ਬੜੇ ਹੈ, ਔਰ ਮੈਂ ਚਾਹਤਾ ਹੂੰ ਮੇਰੇ ਜਬ ਮੇਰੇ ਮੈਨੂੰ ਦੇਖਣ ਤਾਂ ਮੇਰੇ ਨਾਲ ਅੱਖ ਉਠਾ ਕੇ ਨਹੀਂ, ਅੱਖ ਚੁਕਾ ਕੇ ਗੱਲ ਕਰ ਰਹੇ ਨੇ। ਇਹ ਪ੍ਰੋਡਿਊਸਰ ਇਸ ਫਿਲਮ ਕੇ ਤੋ ਇਹ ਚਾਹ ਰਹੇ ਥੇ ਕਿ ਮੈਂ ਸਭ ਕੋ ਸਿਰਫ ਐਸੇ ਸਰ ਐਸੇ ਦੇਖੂਗਾ। ਹਾਂ ਕਿਆ ਭਾਈ, ਵਾਹ ਵਾਹ, ਇਹ ਗੱਲ ਹੈਗੀ ਹੈ। ਵੈਸੇ ਮੈਂ ਅੱਗੇ ਵੀ ਹੁਣ ਅੱਜ ਕੱਲ੍ਹ ਉਹ ਦੇਖ ਲਓ ਖੁਦ ਹੀ ਪੈਸੇ ਲਗਾਉਣ ਲੱਗ ਪਏ ਨੇ, ਪੈਸੇ ਵਾਧੂ ਆ ਗਏ ਨੇ। ਅੱਛਾ ਭਾਜੀ ਤੁਸੀਂ ਪੈਸੇ ਲਗਾਉਂਦੇ ਹੋ? ਨਾ ਜੀ, ਹੈ ਨਾ, ਤੇਰੇ ਵਰਗੇ ਤੇ ਨਹੀਂ ਲੱਗਣੇ ਕੋਈ ਦਿਲ 'ਚ ਜਿਹੜੀ ਤੂੰ ਤੇਰੇ ਉੱਠ ਕੇ ਨਾ ਕੁਬਾਰ। ਮੈਂ ਤੁਹਾਡੇ ਲਈ ਗੱਲ ਕਰਨ ਲੱਗਾ ਸੀ। ਅੱਛਾ ਮੇਰੀ ਗੱਲ ਠੀਕ ਹੈ ਭਾਜੀ, ਇੱਕ ਸਟੋਰੀ ਹੈਗੀ ਮੇਰੇ ਕੋ, ਨਾਲ ਇੱਕ ਹੀਰੋ ਹੈਗਾ, ਹੀਰੋਇਨ ਹੈਗੀ ਆ, ਤੇ ਨਾਲ ਇੱਕ ਕਹਿੰਦੇ ਨੇ ਨੈਗੇਟਿਵ ਵਿਲਨ ਦਾ ਵੀ ਕੰਮ ਹੈਗਾ ਥੋੜਾ ਜਿਹਾ, ਪਰ ਫੀਮੇਲ ਹੋ ਗਈ। ਨਹੀਂ ਨਹੀਂ ਨਹੀਂ, ਫੀਮੇਲ ਹੈਗੀ ਆ, ਭੈਣ ਨੈਗੇਟਿਵ ਹੁੰਦੀ ਆ। ਲੋ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ, ਤੇ ਗੱਲਾਂ ਬਾਤਾਂ ਹੋ ਰਹੀਆਂ ਮਿੰਦੋ ਤਹਿਸੀਲਦਾਰਨੀ ਨਾਲ, ਤੇ ਉਹਨਾਂ ਨੂੰ ਤਹਿਸੀਲਦਾਰ ਬਣਾਉਣ ਵਾਲੇ ਜਿਹੜੇ ਨੇ ਉਹ ਵੀ ਸਾਡੇ ਨਾਲ ਨੇ ਜੀ, ਕਰਮਜੀਤ ਅਨਮੋਲ। ਸੋ ਇਹਦੀਆਂ ਗੱਲਾਂ ਤਾਂ ਚੱਲਦੀਆਂ ਰਹਿਣੀਆਂ, ਇਹਦੇ ਵੱਲ ਤੁਸੀਂ ਧਿਆਨ ਨਾ ਦਿਓ, ਇਹਨੇ ਬੋਲੀ ਜਾਣਾ, ਨਾਮ ਬੋਲਤੀ ਬੰਦ ਰੱਖਿਆ ਗਿਆ ਸਿਰਫ, ਪਰ ਇਹਦੀ ਬੋਲਤੀ ਕਦੀ ਨਹੀਂ ਬੰਦ ਹੁੰਦੀ। ਤੁਸੀਂ ਮੂਵੀ ਬਾਰੇ ਕੁਛ ਦੱਸੋ। ਸੋ ਟ੍ਰੇਲਰ ਤਾਂ ਦੇਖਿਆ ਗਿਆ, ਪਰ ਕੁਛ ਖਾਸ ਦੱਸੋ ਜੀ। ਐਕਚੁਅਲੀ ਟ੍ਰੇਲਰ ਮੈਂ ਜੈਸਾ ਦਿਖ ਰਿਹਾ ਹੈ ਨਾ, ਲੋਕਾਂ ਕੋ ਲੱਗ ਰਿਹਾ ਹੈ ਕਿ ਓਕੇ ਐਸਾ ਹੈ, ਐਸਾ ਨਹੀਂ ਹੈ, ਔਰ ਜ਼ਿਆਦਾ ਹੈ, ਔਰ ਜ਼ਿਆਦਾ ਮਜ਼ੇਦਾਰ ਹੈ ਕਹਾਣੀ, ਕਹਾਣੀ ਹੈ ਐਕਚੁਅਲੀ ਫਿਲਮ ਮੈਂ, ਕਾਮੇਡੀ ਸੇ ਭਰਪੂਰ ਹੈ, ਲੇਕਿਨ ਫਿਰ ਡਰਾਮਾ ਵੀ ਹੋਤਾ ਹੈ, ਇਮੋਸ਼ਨ ਵੀ ਹੈ, ਐਂਡ ਐਕਸ਼ਨ ਵੀ ਹੈ, ਫੁੱਲ ਔਨ ਮਸਾਲੇਦਾਰ ਫਿਲਮ ਹੈ, ਸਾਫ਼ ਸੁਥਰੀ ਫਿਲਮ ਹੈ, ਪੂਰੀ ਫੈਮਲੀ ਇੱਕ ਸਾਥ ਦੇਖ ਕਰ ਬਹੁਤ ਖੁਸ਼ ਹੋਏਗੀ, ਇੰਜੋਏ ਕਰੇਗੀ, ਤੋ ਪਲੀਜ਼ ਦੇਖਣੇ ਜਾਈਏ ਮਿੰਦੋ ਤਹਿਸੀਲਦਾਰਨੀ 28 ਜੂਨ ਕੋ। ਪੱਕਾ ਦੇਖਣ ਜਾਣਗੇ ਸਾਰੇ। ਔਰ ਮੈਂ ਨਾ ਇੱਕ ਚੀਜ਼ ਪੁੱਛਣਾ ਚਾਹੁੰਦਾ, ਜਿਵੇਂ ਕਿ ਸਟਾਰਟਿੰਗ ਦੇ ਵਿੱਚ ਕੀ ਹੁੰਦਾ, ਮਿੰਦੋ ਮਿੰਦੋ ਹੋ ਜਾਂਦੀ ਸਾਰੇ ਪਾਸੇ, ਹੈ ਨਾ, ਕਿ ਤੁਹਾਡਾ ਅਫੇਅਰ ਹੋ ਗਿਆ ਮਿੰਦੋ ਦੇ ਨਾਲ, ਮਿੰਦੋ ਦੇ ਨਾਲ, ਮਿੰਦੋ ਦੇ ਨਾਲ, ਸੈੱਟ ਦੇ ਉੱਤੇ ਕੋਈ ਇਹੋ ਜਿਹਾ ਹੈਗਾ ਜਿਹਨੂੰ ਇੱਕ ਗੱਲ ਪਤਾ ਲੱਗਦੀ ਸੀ ਤੇ ਸਾਰੇ ਸੈੱਟ ਨੂੰ ਪਤਾ ਲੱਗ ਜਾਂਦੀ ਸੀ? ਕੋਈ ਐਸੀ ਓਹਲੇ ਵਾਲੀ ਗੱਲ ਹੁੰਦੀ ਹੈ ਨਹੀਂ ਸੀ, ਸਾਰੀਆਂ ਓਪਨ ਗੱਲਾਂ ਹੁੰਦੀਆਂ ਸੀ। ਅੱਛਾ, ਕੋਈ ਨਹੀਂ, ਸਾਰੇ ਖੱਪ ਪਾਉਣ ਵਾਲੇ ਸੀਗੇ ਸਾਰੇ। ਅੱਛਾ, ਇਹ ਸਭ ਤੋਂ ਵੱਡੀ ਖੱਪੀ, ਉਹ ਤੋਂ ਜਵੰਦਾ, ਉਹ ਤੋਂ ਸੰਘਾ, ਉਹ ਤੋਂ ਰਾਜ ਆਪਣਾ ਈਸ਼ਾ ਵੀ, ਐਂਡ ਸੋਹੀ ਸਾਹਿਬ, ਰੌਣੀ ਜੀ, ਰੂਪੀ ਜੀ, ਸਾਰੇ ਜਣੇ ਖੱਪੀ ਹੁੰਦੇ ਸੀ। ਅੱਛਾ ਭਾਜੀ, ਤੁਹਾਨੂੰ ਕਦੀ ਏਦਾਂ ਲੱਗਾ ਕਿ ਐਟੀਟਿਊਡ ਪ੍ਰੋਬਲਮ ਕਿਸੇ 'ਚ ਆਈ ਹੋਵੇ, ਜਾਂ ਕਿਸੇ ਤੁਹਾਨੂੰ ਲੱਗਾ ਹੋਵੇ ਵੀ ਇਹਨੂੰ ਤਾਂ ਮੈਂ ਦੱਸਾਂਗਾ ਥੋੜ੍ਹੀ ਦੇਰ ਬਾਅਦ, ਜਾਂ ਸੀਨ ਦੇ ਵਿੱਚ ਉਹਦਾ ਕੋਈ ਸੀਨ ਪਵਾਤਾ ਹੋਵੇ, ਭਾਜੀ ਇਹਦਾ ਕੁੱਟ ਵਾਲਾ ਸੀਨ ਪਵਾ? ਨਹੀਂ ਦੇਖੋ, ਮੈਂ ਇਹ ਮੇਰੀ ਦੂਸਰੀ ਫਿਲਮ ਹੈ, ਮੈਨੂੰ ਕਿਸੇ ਨੇ ਕਦੇ ਤੰਗ ਨਹੀਂ ਕੀਤਾ, ਔਰ ਨਾ ਮੈਂ ਭਾਵਨਾ ਰੱਖਦਾ ਕਿ ਮੈਨੂੰ ਕਿਸੇ ਨੇ ਮਾੜਾ ਕਿਹਾ ਤੇ ਮੈਂ ਉਦਾਂ ਹੀ ਦੇ ਹੋ ਕੇ ਉਹਦੇ ਨਾਲ ਕੋਈ ਬੁਰਾ ਬਿਹੇਵ। ਅੱਛਾ, ਜਿੱਦਾਂ ਹੁਣ ਤੁਸੀਂ ਪ੍ਰੋਡਿਊਸਰ ਵੀ ਹੋ ਨਾਲ ਨਾਲ, ਐਕਟਰ ਵੀ ਹੋ, ਸੋ ਦੋਨਾਂ 'ਚ ਕਿੰਨਾ ਕੁ ਫਰਕ ਲੱਗਦਾ ਵੀ ਪਹਿਲਾਂ ਇਕੱਲੀ ਐਕਟਿੰਗ ਕਰਨੀ ਪੈਂਦੀ ਸੀ, ਹੁਣ ਨਾਲ ਨਾਲ ਬਜਟ ਦਾ ਵੀ ਧਿਆਨ ਰੱਖਣਾ ਪੈਂਦਾ, ਕੰਜੂਸੀ ਕੰਜਾਸੀ ਕਰਦੇ ਹੋ ਕਿ ਨਹੀਂ? ਇਹ ਕੰਜੂਸੀ ਵਾਲੀ ਗੱਲ ਤੁਸੀਂ ਇੱਧਰੋਂ ਪੁੱਛ ਸਕਦੇ ਹੋ, ਮੈਂ ਕਰਦਾ ਜਾਂ ਨਹੀਂ ਕਰਦਾ? ਦੱਸੋ ਵੀ ਕਦੇ ਆਪਣੇ ਮੂੰਹ ਤੇ। ਮੈਂ ਮੇਰੀ ਇਹ ਚੌਥੀ ਹੈ ਪੰਜਾਬੀ ਫਿਲਮ, ਪਿਛਲੇ ਯੂ ਨੋ 2 ਸਾਲ ਕੇ ਅੰਦਰ, ਐਂਡ ਮੇਰਾ ਇਹ ਬੈਸਟ ਐਕਸਪੀਰੀਅੰਸ ਰਹਾ ਹੈ ਇਨ ਟਰਮਸ ਆਫ, ਪਹਿਲੇ ਤਾਂ ਮੈਂ ਸਟੋਰੀ ਫਿਲਮ ਕੀ ਪ੍ਰੋਜੈਕਟ ਹੀ ਬਾਤ ਕਰੂੰਗੀ, ਇਨ ਟਰਮਸ ਆਫ ਕੌਨਸੈਪਟ, ਕਹਾਣੀ ਮੈਨੂੰ ਲੱਗਦਾ ਹੈ ਕਿ ਮੇਰੀ ਸਾਰੀ ਫਿਲਮੋਂ ਕੀ ਇਹ ਬੈਸਟ ਕਹਾਣੀ ਹੈ। ਪਲੱਸ ਅਗਰ ਮੈਂ ਪ੍ਰੋਡਕਸ਼ਨ ਕੀ ਬਾਤ ਕਰੂੰ ਤਾਂ ਇਹ ਮੈਨੂੰ ਐਸਾ ਲੱਗਾ ਥਾ ਕਿ ਇਹ ਕੋਈ ਬਾਲੀਵੁੱਡ ਲਾਰਜ ਸਕੇਲ ਪ੍ਰੋਡਕਸ਼ਨ ਹੈ, ਕਿਸੇ ਚੀਜ਼ ਕੀ ਕੋਈ ਕਮੀ ਨਹੀਂ, ਸੈੱਟ ਪੇ ਕੋਈ ਮੈਨੂੰ ਐਸਾ ਇਨਸਾਨ ਨਹੀਂ ਮਿਲਾ ਜੋ ਬੈਡ ਮੂਡ ਮੇ ਹੋ, ਜਾਂ ਜੋ ਇਹ ਬੋਲੇ ਕਿ ਯਾਰ ਇਹ ਨਹੀਂ ਮਿਲਾ ਜਾਂ ਵੋ, ਸਾਰਾ ਟਾਈਮ ਸੈੱਟ ਪੇ ਖਾਣਾ ਪੀਣਾ ਚਲਤਾ ਰਹਿਤਾ ਥਾ, ਕਿਸੇ ਚੀਜ਼ ਕੀ ਕੋਈ ਲੋਕੇਸ਼ਨਸ ਹਮਾਰੀ ਬੈਸਟ ਸੇ ਬੈਸਟ ਲੋਕੇਸ਼ਨ, ਇਨਫੈਕਟ ਇਹਨੋਨੇ ਪਹਾੜੋਂ ਮੇ ਜਾ ਕੇ ਬਰਫ਼ ਮੇ ਵੀ ਏਕ ਦੋ ਸੀਨ ਕਰਨੇ ਕੇ ਲੀਏ ਇਹ ਲੋਕ ਬਰਫ਼ ਮੇ ਵੀ ਗਏ ਹੈ, ਤੋ ਪੂਰਾ ਲੈਵਿਸ਼ ਸ਼ੂਟ ਹੋਇਆ ਹੈ। ਮੈਨੇ ਬਹੁਤ ਦੇਖਾ ਹੈ ਕਿ
चीट कर लेते हैं शॉट, एक्टर्स है नहीं तो सीन में एक्टर्स नहीं है तो उनका लुक लेके उनका कहीं और शूट करके चिपका के काफी कई जोक वहां से ले लिए, कुछ व्हाट्सएप जोक्स ले लिए, कुछ कपिल शर्मा के से ले लिए जोक्स और मिलाकर बना देते हैं. बट ये मैंने देखा बहुत ही दिल से, बहुत ही लार्ज हार्टेडली बनाई गई फिल्म है. कोई कॉम्प्रोमाइज ऑन एनी लेवल, लोकेशन, एक्टर्स की डेट्स, किसी लेवल पे कोई कॉम्प्रोमाइज नहीं हुआ है. पूरा जमा जमा के बनाई हुई फिल्म है, इसलिए मैं कहती हूँ कि इतनी मेहनत से बनाई हुई फिल्म जरूर देखनी चाहिए. वैसे अजीबे के तुसी क्या भी सीगा कि हुन मैं चूजी हो गया क्योंकि हुन जदा के मेरे ख्याल से विमेन एम्पावरमेंट वाली मूवी है. एब्सोल्युटली, आप जब पर्दे पर एक वुमन को दिखा रहे हो जो काम कर रही है और आप दिखा, जैसे अब आप खुद देखो, आप वर्किंग गर्ल हो, आप जब काम पे आते हो आप डिसिप्लिन्ड होते हो, आप इतने अच्छे से अपना काम करते हो, पर आप जब घर में होते हो तो आपका एक अलग रूप होता है, आप ज़्यादा मस्ती करते हो, आप फ्री होते हो, आप यू नो. सो मिंदो इज अ टिपिकल पंजाबी वर्किंग गर्ल और सारी लड़कियाँ, लेडीज, औरतें बहुत रिलेट करेंगी इस कैरेक्टर से. मैं वैसे थानू पूछना चाहना कि मिंदो दे ले सिर्फ इन्हां दे बारे क्यों सोचा गया, देखो क्यों जी मतलब दिमाग चाया? दिमाग सब तो पहला आई कविता सी क्योंकि वो कुड़ी चाहिए सी जेड़ी दे विच एक अफसरां वाली लुक देखे, ओदी चाल ढाल बोल चाल सारी अफसरां वाली होवे, सो खड़ी लगे भी हाँ तहसीलदार नहीं है. वैसे वो उस दे लई ते भाभी जी भी वधिया लगने ही वो घर च ऑफिसर होने ने ना, बिल्कुल बिल्कुल ऑफिसर ने जो सारे दा ध्यान रखने वाली लेडी है जी और सब दा ध्यान रखती है और वो मेरी तहसीलदार नहीं है. सो स्वीट. बिल्कुल बिल्कुल. सो वैसे करमजीत अनमोल जी हुन आए ने सेट ते, गाना ना सुनिए किदा हो सकदा? बिल्कुल जी, इसे फिल्म दा गाना जेड़ा साडे दोनों ते फिल्माया गया वो समझ नहीं आउंदी केड़ा नखरा सलामा करी जावे वार ते मैं वारे वारे जावा करी जावे वार ते मैं वारे वारे जावा दारू दाता जिद्दां दरिया वगदा नहीं तेरे नैणा विच नड्डीए सौ रब दी नी सुरमा सौ रब दी नी सुरमा बरूद लगदा नहीं तेरे नैणा विच नड्डीए. क्या बात, बिल्कुल परफेक्ट लिरिक्स ने, पता इन्हां ते बिल्कुल जचदे ने कि तेरे नैणा विच. अच्छा इन्हां ते ये जच गए, जेकर इत्थे गाना गाउणा पवे किदां दा होएगा? वो है ना अम्मा देख तेरा मुंडा बिगड़ा जाए, बेबे देख हाँ देख तेरा मुंडा बिगड़ा जाए, ओ बहना देख हाँ देख चोलन दे मझ के वैसे अफवाह नहीं पक्का. मैं फिर मम्मी फोन कर दिना भी मैं भाजी नु लेके आ रहा तुम मझ बन के रखियो. अच्छा तू हुन मझ चुरा कुछ वाएगा? कोई गल नहीं फिर तानू क्या कहने दलाल खलंदाजी ठीक है. स्टार कास्ट आई हो स्पेशल मूवी बना रहे ने हैं तो तू इथे मझ चोन ते ला दे हैना. मम्मी आ दीदी नु घर ही रखिया करो, मेरा दिमाग खराब कर दे रहे. तू चला कर. हां मैं चला, मैं जरा मझ बनवा के. ठीक है थैंक यू भाजी. ओके ओके बाय बाय. वैसे इन्हें नु भी नाल लेओ, हो सकदा साडा कट्टा भी सुधर जे. हां मम्मी आ गया. सो बिल्कुल जी शुक्र है यह तो गया. हम आप फिल्म नू लेके गल्लां बातें कर लेने. वैसे एक गल है कि मूवी जदों शूट होंदी है तो बड़े मूवमेंट्स बड़ियां अच्छी अच्छी होंगे, एक एक मूवमेंट दसो जिहड़ी तुहानू बेस्ट लगती है. देखो जी जदों असी फ्री होंदे सीगे उदों सैट ते पूरा गाना बजाउणा हुंदा सी. अच्छा मतलब कद मेरा ख्याल नहीं भी कदे असी ये होवे शूट ना होवे ते असी आपो अपनी वेंटीज दे विच बैठे होईए, सारे जने सैट दे उत्ते बैठे होंदे सी. अच्छा। गाना बजाना खूब हुंदा सी, तुसी इंस्टाग्राम वगैरह ते देखदे भी होंगे. एक्चुअली इतना आई फील आई एम सो लकी बिकॉज लोग तरसते हैं कि करमजीत अनमोल की आवाज़ लाइव सुनने को मिल जाए. और हम सेट पे होते थे और हम जरा सा कहते थे कि करमजीत बारिश हो गई, कोई बारिश का नगमा सुनाओ. और कोई पुराना और ऐसे और ये फोक सॉन्ग से लेकर पुराने यू नो कलोकियल से लेकर आज के फिर सूफी हर तरह के गाने हमें सुनने को मिले. सो आई थिंक आई एम सो लकी कि नॉट ओनली वी डिड अ ब्यूटिफुल प्रोजेक्ट बट थैंक यू इतने मधुर आवाज को जो है हर वक्त सुनने का एक जो मौका मिला मौका मिला अमेजिंग थैंक यू.
ਜੀ ਤੇ ਆ ਵੈਸੇ ਇਹਦੇ ਵਿੱਚ ਜਿੱਦਾਂ ਕਿ ਤਹਿਸੀਲਦਾਰ ਮੇਰੇ ਖਿਆਲ ਚ ਪਿੰਡਾਂ ਦੇ ਵਿੱਚ ਵਾਵਾ ਵਾਹ ਪੈਂਦਾ ਹਨਾ ਤਹਿਸੀਲਦਾਰਾਂ ਦੇ ਨਾਲ ਬਿਲਕੁਲ ਜੀ ਜਦੋਂ ਕੋਈ ਬਟਵਾਰਾ ਹੁੰਦਾ ਜ਼ਮੀਨ ਦੀ ਤਕਸੀਮ ਹੁੰਦੀ ਹੈ ਉਦੋਂ ਜਦੋਂ ਕੋਈ ਜ਼ਮੀਨ ਖਰੀਦਦਾ ਵੇਚਦਾ ਤਾਂ ਉਹ ਤਹਿਸੀਲਦਾਰ ਤੋਂ ਬਿਨਾ ਮਤਲਬ ਨਹੀਂ ਗੁਜ਼ਾਰਾ ਹੁੰਦਾ ਹਾਂ ਸੋ ਪਿੰਡ ਵਾਲਿਆਂ ਦਾ ਸਿੱਧਾ ਮਤਲਬ ਵਾਹ ਪੈਂਦਾ ਹੀ ਹੈ ਸ਼ੁਰੂ ਚ ਅਫਵਾਹ ਫੈਲਾ ਦਿੱਤੀ ਸੀ ਮੂਵੀ ਚ ਕਿ ਪਿਆਰ ਕਰਦੇ ਆ ਜੀ ਅਸੀਂ ਇੱਕ ਦੂਜੇ ਨੂੰ ਐਂਡ ਚ ਤੁਹਾਡੇ ਦਿਲ ਚ ਕੁਛ ਪਿਆਰ ਪਿਓਰ ਫੁੱਟਿਆ अब मैं ये भी कैसे बताऊं मैं बताऊंगी तो कहानी का जो मज़ा है जो पूरा रिश्तों का जो यू नो गिव एंड टेक है वो निकल जाएगा आप देखो ना उसकी आपसी केमिस्ट्री का ही मजा है वो सब बिल्कुल मैं वैसे एक्चुअली गल्ला कमा घमा के पूछ रही थी कि कितने कुछ ना कुछ तो दस दिन पर तुसी बड़े चलाक हो दस नहीं रहे ते वैसे होर मूवी दे विच आवा मूवी दे जदों शूट करदे आ ते उस तो बाद प्रमोशन्स बड़ियां शुरू हो जांदियां हुण जदा कि तुहाडियां होईयां वी पईयां सो प्रमोशन करते करते हुंदा है कि ਹਰ ਕੋਈ ਇੱਕੋ ਹੀ ਸਵਾਲ ਪੁੱਛੀ ਜਾਂਦਾ ਸੋ ਇੱਦਾਂ ਦਾ ਕਿਹੜਾ ਸਵਾਲ ਸੀ ਜਿਹੜਾ ਸਭ ਤੋਂ ਵੱਧ ਪੁੱਛਿਆ ਗਿਆ ਮੇਰਾ ਖਿਆਲ ਹੈ ਵੀ ਇੱਦਾਂ ਦਾ ਕੋਈ ਵੈਸੇ ਹੀ ਪੁੱਛਦੇ ਸੀ ਵੀ ਤੁਸੀਂ ਐਕਟਰੋਂ ਸਿੰਗਰੋਂ ਨਾਲ ਤੁਸੀਂ ਪ੍ਰੋਡਿਊਸਰ ਵੀ ਬਣ ਗਏ ਕਿਵੇਂ ਲੱਗਦਾ ਤੁਹਾਨੂੰ ਇਹ ਹਮੇਸ਼ਾ ਹਰੇਕ ਕੋਈ ਸਵਾਲ ਕਰਦਾ ਪਲੱਸ ਇਨਸੇ ਇਹ ਵੀ ਪੁੱਛਾ ਜਾਤਾ ਹੈ ਕਿ ਆਪ ਪਹਿਲੀ ਬਾਰ ਰੋਮਾਂਸ ਕਰ ਰਹੇ ਹੈ ਵੋ ਆਪਕੋ ਕੈਸਾ ਔਰ ਮੈਂ ਆਪਕੋ ਔਰ ਮੇਰੇ ਲਈ ਬਹੁਤ ਔਖਾ ਸ਼ੂਟਿੰਗ ਪੇ ਯੇ ਐਸੇ ਜੈਸੇ ਛੋਟਾ ਬੱਚਾ ਹੋਤਾ ਹੈ ਨਾ ਵੋ ਡਰਾ ਹੁਆ ਹੋਤਾ ਹੈ ਬਿਲਕੁਲ ਉਸਕੇ ਉਸਕਾ ਐਗਜ਼ਾਮ ਹੈ ਔਰ ਉਸਨੇ ਕੋਈ ਪੜ੍ਹਾਈ ਨਹੀਂ ਕਰੀ ਤੋ ਉਸਕੇ ਚਿਹਰੇ ਪੇ ਜੋ ਐਕਸਪ੍ਰੈਸ਼ਨ ਹੋਤਾ ਹੈ ਨਾ ਬਿਲਕੁਲ ਐਗਜ਼ਾਮਿਨੇਸ਼ਨ ਹਾਲ ਮੇ ਜਾਨੇ ਸੇ ਪਹਿਲੇ ਸੇਮ ਐਕਸਪ੍ਰੈਸ਼ਨ ਕਰਮਜੀਤ ਕੇ ਫੇਸ ਪੇ ਹੋਤਾ ਥਾ ਕਿਸੀ ਵੀ ਰੋਮਾਂਟਿਕ ਗਾਨੇ ਕੋ ਕਰਤੇ ਹੋਏ ਬਿਲਕੁਲ ਕਿ ਹਾਂ ਜੀ ਔਰ ਮੈਂ ਉਨਕੋ ਕਿ ਕਰਮਜੀਤ आंखों में प्यार लाओ डर निकालो अच्छा इधर आओ ना प्यार से देखो तो मेरे लिए तो वो बड़ा मजेदार मोमेंट्स रहे मेरे लिए एंड आई थिंक दैट गोज विद द कैरेक्टर फिल्म में वो बड़ा काम आया क्योंकि इनका कैरेक्टर काफी वैसा है जैसे ये रियल लाइफ में है और रियल लाइफ में जो मेरे हस्बैंड है वो भी मेरे से हाइट में हल्के से छोटे हैं तो हीरो भी हाँ इसलिए मेरा हीरो भी देखिए और हमारी रियल लाइफ में जोड़ी हिट है तो मैं यही उम्मीद करती हूँ कि हमारी रियल लाइफ जोड़ी जो है वो भी हिट हो वैसी हिट हो जाए बिल्कुल जी बिल्कुल जरूर होएगी आपा ट्रेलर देखा सारी ऑडियंस नु दिखा भी देता ट्रेलर तो पूरा जबरदस्त हैगा ਹੁਣ ਇਹ ਸੈਗਮੈਂਟ ਖਤਮ ਹੋਣ ਲੱਗਾ ਆ ਤੇ ਆਪਾਂ ਤੁਹਾਡੇ ਕੋਲੋਂ ਇਜਾਜ਼ਤ ਲੈਣੀ ਹੈ ਕਿਉਂਕਿ ਬ੍ਰੇਕ ਤੋਂ ਬਾਅਦ ਹੋਰ ਵੀ ਸਟਾਰ ਕਾਸਟ ਹੋਏਗੀ ਤੁਸੀਂ ਟੈਨਸ਼ਨ ਬਿਲਕੁਲ ਨਹੀਂ ਲੈਣੀ ਜੀ ਇਹਦੇ ਵਿੱਚ ਹੋਰ ਜਿਹੜੀ ਸਟਾਰ ਕਾਸਟ ਉਹਨਾਂ ਦੇ ਨਾਲ ਵੀ ਆਪਾਂ ਗੱਲਾਂ ਬਾਤਾਂ ਕਰਾਂਗੇ ਸੋ ਜ਼ਿਆਦਾ ਕੁਛ ਇੱਦਾਂ ਦਾ ਕੁਛ ਅਲੱਗ ਤਰੀਕੇ ਦੇ ਨਾਲ ਕਹੋ ਕਿ ਸਾਰੇ ਜਣੇ ਪਹੁੰਚ ਹੀ ਜਾਣ ਬਸ ਥੀਏਟਰ ਦੇ ਵਿੱਚ ਬੋਲੋ ਜੀ ਥਾਣੇਦਾਰ ਨਹੀਂ ਬਣ ਕੇ ਬੋਲ ਦੋ ਅਰੇ ਇਤਨੀ ਕਮਾਲ ਕੀ ਫਿਲਮ ਹੈ ਇਤਨੇ ਕਮਾਲ ਕੇ ਗਾਣੇ ਹੈ ਇਤਨੇ ਕਮਾਲ ਕੇ ਹਮ ਸਭ ਹੈ ਬੜੀ ਪਿਆਰੀ ਕਹਾਣੀ ਹੈ ਯਾਰ ਆਪ ਪੂਰੀ ਫੈਮਿਲੀ ਕੇ ਸਾਥ ਜਾ ਕੇ ਦੇਖੋ ਸਾਫ ਸੁਥਰੀ ਪਿਕਚਰ ਬਣਾਈ ਹੈ ਹਮਨੇ ਇਕਦਮ ਐਂਟਰਟੇਨਿੰਗ ਹੈ ਸਾਰਾ ਮਸਾਲਾ ਹੈ ਇਸਮੇ ਕਾਮੇਡੀ ਹੈ ਇਮੋਸ਼ਨ ਹੈ ਡਰਾਮਾ ਹੈ ਐਕਸ਼ਨ ਹੈ ਔਰ ਹੈਪੀ ਐਂਡਿੰਗ ਹੈ ਔਰ ਕੀ ਚਾਹੀਦਾ ਹੈ ਜ਼ਰੂਰ ਦੇਖੋ ਮਿੰਦੋ ਤਹਿਸੀਲਦਾਰ ਨੀ 28 ਜੂਨ ਬਿਲਕੁਲ ਨਹੀਂ ਤੇ ਵੈਸੇ ਥਾਣੇਦਾਰ ਜੀ ਨੇ ਕਿਹਾ ਹੈਗਾ ਤੇ ਨਹੀਂ ਤੇ ਜੇ ਨਾ ਦੇਖਣ ਪਹੁੰਚੇ ਨਾ ਤੇ ਤੁਹਾਨੂੰ ਪਤਾ ਥਾਣੇਦਾਰ ਕਿੰਨੇ ਦੁਖੀ ਕਰਦੇ ਨੇ ਬਾਅਦ ਚ ਉਹ ਵਾਲਾ ਰੋਹ ਵੀ ਸਹਿਣਾ ਪਏਗਾ ਹੁਣ ਤੁਸੀਂ ਵੀ ਬੋਲੋ ਜੀ ਬਾਜੀ 28 ਜੂਨ ਨੂੰ ਆ ਰਹੀ ਹੈ ਸਾਡੀ ਬਹੁਤ ਹੀ ਪਿਆਰੀ ਜੀ ਫਿਲਮ ਮਿੰਦੋ ਤਹਿਸੀਲਦਾਰਨੀ ਬੜੇ ਦਿਲ ਨਾਲ ਬੜੇ ਚਾਅ ਨਾਲ ਬਣਾਈ ਹੈ ਜੀ ਇਕੱਲੇ ਇਕੱਲੇ ਡਾਇਲੋਗ 'ਤੇ ਮਿਹਨਤ ਹੋਈ ਹੈ ਔਰ ਇਕੱਲੇ ਇਕੱਲੇ ਫਰੇਮ 'ਤੇ ਮਿਹਨਤ ਹੋਈ ਹੈ ਔਰ ਬਹੁਤ ਹੀ ਖੂਬਸੂਰਤ ਕਹਾਣੀ ਲਿਖੀ ਹੈ ਅਵਤਾਰ ਸਿੰਘ ਨੇ ਡਾਇਰੈਕਟ ਕੀਤੀ ਔਰ ਇਹਦੇ ਜਿਹੜੇ ਡਾਇਲੋਗ ਰਾਈਟਰ ਨੇ ਟਾਟਾ ਬੈਨੀਪਾਲ ਅਤੇ ਅਮਨ ਸਿੱਧੂ ਕਮਾਲ ਦੇ ਰਾਈਟਰ ਨੇ ਜੀ ਉਹ ਪਿੰਡਾਂ ਦੀ ਰਮਜ ਬਹੁਤ ਪਛਾਣਦੇ ਨੇ ਜਿਵੇਂ ਮੈਂ ਵੀ ਇੱਕ ਪਿੰਡ ਤੋਂ ਬਿਲੋਂਗ ਕਰਦਾ ਮੈਂ ਇਸ ਗੱਲ ਦਾ ਮਾਣ ਕਰਦਾ ਕਿ ਮੈਂ ਪਿੰਡਾਂ ਦੇ ਵਿੱਚ ਜੰਮਿਆ ਹੋਇਆ ਮੈਨੂੰ ਕਾਫੀ ਕੁਛ ਪਿੰਡਾਂ ਦੀ ਲਾਈਫ ਬਾਰੇ ਪਤਾ ਹੈ ਤਾਂ ਸ਼ਾਇਦ ਤਾਂ ਹੀ ਲੋਕ ਮੈਨੂੰ ਪਿਆਰ ਕਰਦੇ ਨੇ ਔਰ ਇੱਦਾਂ ਹੀ ਪਿਆਰ ਦਿਖਾਇਓ ਸਾਡੀ ਇਸ ਮਿੰਦੋ ਤਹਿਸੀਲਦਾਰਨੀ ਫਿਲਮ ਨੂੰ ਜੋ ਕਿ 28 ਜੂਨ ਨੂੰ ਆ ਰਹੀ ਹੈ ਹਾਸਿਆਂ ਦੀਆਂ ਹੋਣਗੀਆਂ ਰਜਿਸਟਰੀਆਂ 28 ਜੂਨ ਨੂੰ ਕਰੂਗੀ ਮਿੰਦੋ ਤਹਿਸੀਲਦਾਰਨੀ ਬਿਲਕੁਲ ਜੀ ਬਿਲਕੁਲ ਤੇ ਤੁਹਾਨੂੰ ਜ਼ਰੂਰ ਯਾਦ ਆਉਣੀ ਆਏਗੀ ਕਿਉਂਕਿ ਪਿੰਡਾਂ 'ਚੋਂ ਸਾਰੇ ਮੂਵ ਹੋ ਗਏ ਨੇ ਤੇ ਪਿੰਡਾਂ ਦੇ ਵਿੱਚ ਤਹਿਸੀਲਦਾਰਾਂ ਕੋਲ ਤੁਹਾਨੂੰ ਵੀ ਬੜੇ ਕੰਮ ਪਏ ਹੋਣੇ ਉਹ ਸਾਰੀਆਂ ਯਾਦਾਂ ਜਿਹੜੀਆਂ ਨਾ ਤੁਹਾਡੀਆਂ ਹੋ ਜਾਣਗੀਆਂ ਤਾਜ਼ਾ 28 ਜੂਨ ਨੂੰ ਜ਼ਰੂਰ ਪਹੁੰਚਣਾ ਮੈਂ ਤਾਂ ਪੱਕਾ ਪਹੁੰਚਾਂਗੀ ਤੇ ਥੈਂਕ ਯੂ ਸੋ ਮਚ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਏ
ਤੇ ਇੰਨਾ ਹਸਾਇਆ ਤੇ ਇੰਨਾ ਵਧੀਆ ਮਾਹੌਲ ਬਣਾਇਆ ਤੇ ਇੰਨੀਆਂ ਮੂਵੀ ਬਾਰੇ ਗੱਲਾਂ ਬਾਤਾਂ ਕੀਤੀਆਂ। ਥੈਂਕ ਯੂ ਸੋ ਮਚ ਬੜਾ ਮਜ਼ਾ ਆਇਆ। ਥੈਂਕ ਯੂ ਸੋ ਆਪਾਂ ਬ੍ਰੇਕ ਲੈ ਕੇ ਆਉਂਦੇ ਹਾਂ ਜੀ ਛੇਤੀ ਵਾਪਸ। ਸੋ ਵੈਲਕਮ ਬੈਕ ਹੈ ਜੀ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਤੇ ਬ੍ਰੇਕ ਤੋਂ ਪਹਿਲਾਂ ਮਿੰਦੋ ਤਹਿਸੀਲਦਾਰਨੀ ਦੇ ਨਾਲ ਤਾਂ ਗੱਲਬਾਤ ਹੋ ਗਈ ਸੀ ਅਤੇ ਨਾਲ ਦੀ ਨਾਲ ਉਹਨਾਂ ਨੂੰ ਤਹਿਸੀਲਦਾਰਨੀ ਕਿੰਨੇ ਬਣਾਇਆ ਉਹਨਾਂ ਦੇ ਨਾਲ ਵੀ ਗੱਲਾਂ ਬਾਤਾਂ ਹੋ ਗਈਆਂ। ਅਤੇ ਹੁਣ ਨਾਲ ਦੀ ਨਾਲ ਮੈਂ ਤੁਹਾਡੇ ਨਾਲ ਪ੍ਰੋਮਿਸ ਕੀਤਾ ਸੀਗਾ ਕਿ ਬ੍ਰੇਕ ਤੋਂ ਬਾਅਦ ਇਹਦੀ ਜਿਹੜੀ ਬਾਕੀ ਸਟਾਰਕਾਸਟ ਹੈਗੀ ਆ ਮੂਵੀ ਦੀ ਉਹ ਵੀ ਸਾਡੇ ਨਾਲ ਹੋਏਗੀ ਅਤੇ ਉਹ ਆ ਗਈ ਹੈ ਜੀ ਅਤੇ ਵੈਲਕਮ ਕਰ ਲੈਂਦੇ ਹਾਂ। ਸੋ ਵੈਲਕਮ ਹੈ ਜੀ। ਥੈਂਕ ਯੂ ਜੀ। ਸੋ ਜੀ ਮੇਰੇ ਨਾਲ ਨੇ ਰਾਜਵੀਰ ਜਵੰਦਾ ਜੀ ਅਤੇ ਨਾਲ ਨਾਲ ਬਹੁਤ ਹੀ ਸੋਹਣੀ ਜੀ ਕੁੜੀ ਹੈਗੀ ਆ ਜੀ ਈਸ਼ਾ ਰੇਖੀ ਜੀ। ਸੋ ਵੈਲਕਮ ਹੈ ਜੀ। ਥੈਂਕ ਯੂ ਜੀ। ਸੋ ਕਿੱਦਾਂ ਲੱਗ ਰਿਹਾ ਹੁਣ ਮੂਵੀ ਤੋਂ ਬਾਅਦ ਪ੍ਰਮੋਸ਼ਨਸ ਬੈਕ ਟੂ ਬੈਕ? ਬਹੁਤ ਐਕਸਾਈਟਿਡ ਹਾਂ ਅਸੀਂ ਤਾਂ, ਐਕਸਾਈਟਿਡ ਬਹੁਤ ਜ਼ਿਆਦਾ। ਆਲਮੋਸਟ ਸਾਰੇ ਕਹਿੰਦੇ ਨੇ ਥੱਕ ਗਏ ਸੀ ਤਾਂ ਬਹੁਤ ਜ਼ਿਆਦਾ। ਨਹੀਂ ਥੱਕ ਵੀ ਚਾਹੀਦਾ ਲੇਕਿਨ ਐਕਸਾਈਟਮੈਂਟ ਇਸ ਕਰਕੇ ਬਹੁਤ ਹੈ ਕਿਉਂਕਿ ਹੁਣ 28 ਜੂਨ ਆਉਣ ਵਾਲੀ ਹੈ, ਥੋੜ੍ਹੇ ਦਿਨ ਰਹਿ ਗਏ ਫਿਲਮ ਰਿਲੀਜ਼ ਨੂੰ। ਅਸਲ 'ਚ ਅਸੀਂ ਅੱਕਦੇ ਨਹੀਂ, ਜਦੋਂ ਬੰਦਾ ਅੱਕਦਾ ਹੈ ਤਾਂ ਉਦੋਂ ਬੰਦਾ ਥੱਕਦਾ। ਸਾਨੂੰ ਸਾਰਾ ਦਿਨ ਚਾਹ ਚੜਾ ਰਹਿੰਦਾ ਕਿ ਸਾਡੀ ਫਿਲਮ ਦੀ ਪ੍ਰਮੋਸ਼ਨ ਚੱਲ ਰਹੀ ਹੈ, ਅਸੀਂ ਉਹ ਚਾਹ ਦੇ ਵਿੱਚ ਹੀ ਭੱਜ ਰਹੇ ਹਾਂ ਤੇ ਸ਼ਾਮ ਨੂੰ ਜਾ ਕੇ ਕਿਤੇ ਪਤਾ ਲੱਗਦਾ ਜਦੋਂ ਬੈੱਡ ਤੇ ਸੌਣ ਲੱਗਦੇ ਆ ਵੀ ਸ਼ਾਇਦ ਅੱਜ ਬਹੁਤ ਭੱਜੇ ਆਪਾਂ ਥੱਕ ਗਏ। ਜਿੰਨਾ ਟਾਈਮ ਅਸੀਂ ਕੰਮ ਕਰ ਰਹੇ ਹਾਂ ਪ੍ਰਮੋਸ਼ਨ ਕਰ ਰਹੇ ਹਾਂ ਸਾਨੂੰ ਥਕਾਵਟ ਮਹਿਸੂਸ ਨਹੀਂ ਹੁੰਦੀ। ਬਿਲਕੁਲ ਜੀ ਬਿਲਕੁਲ। ਵੈਸੇ ਵੀ ਪੰਜਾਬੀ ਮੁੰਡੇ ਦਾ ਥਕਾਵਟ ਕਿੱਥੋਂ ਹੋਏ? ਤੁਹਾਡਾ ਵੈਸੇ ਵੀ ਗਾਣਿਆਂ 'ਚ ਬੜਾ ਰੋਬਦਾਰ ਜਿਹਾ ਰੂਪ ਹਮੇਸ਼ਾ ਹੀ ਦੇਖਿਆ ਹੈਗਾ ਤੇ ਇਹਦੇ ਵਿੱਚ ਵੀ ਮੈਂ ਦੇਖਿਆ ਇਹ 'ਚ ਵੀ ਪੂਰੀ ਸਰਦਾਰੀ ਹੈਗੀ ਆ ਤੁਹਾਡੀ। ਦੀਦੀ ਕਰਮ ਭਾਜੀ ਨੇ ਕੀ ਪਤਾ ਕਿਹਾ, ਕਹਿੰਦੇ ਤੇਰੀ ਸਟੋਰੀ ਫਾਈਨਲ ਕਰਦੀ ਮੈਂ, ਤੂੰ ਫਾਈਨਲ ਆ, ਨਾਲ ਇੱਕ ਕੁੜੀ ਤੇ ਫਾਈਨਲ ਹੋ ਗਈ ਆ, ਹੁਣ ਦੂਜੀ ਕੁੜੀ ਚਾਹੀਦੀ ਹੈ ਹੀਰੋਇਨ। ਤੂੰ ਫੇਰ ਆ ਗਿਆ ਤੇ ਕੀ ਕਰਾਂ ਫਿਰ ਯਾਰ, ਤੈਨੂੰ ਨਹੀਂ ਪਤਾ ਕੰਮ ਚੱਲ ਰਿਹਾ, ਤੂੰ ਹਮੇਸ਼ਾ ਹੀ ਮੇਰਾ ਛੋਟਾ ਭਰਾ। ਕੰਮ ਨਹੀਂ ਚੱਲ ਰਿਹਾ, ਤੁਸੀਂ ਇੱਥੇ ਰੇਤੀ ਫੇਰਨ ਦਿਓ ਬਸ। ਜਿਹੜੀ ਕੁੜੀ ਦੇਖਦਾ ਨਾ ਮੈਂ ਪਹਿਲਾਂ ਹੀ ਤੁਹਾਨੂੰ ਅਲਰਟ ਕਰਦਾ, ਉੱਤੇ ਲਾਈਨ ਮਾਰਨੀ ਸ਼ੁਰੂ ਕਰ ਦਿੰਦਾ। What do you mean and how mean ਦੀਦੀ? ਉਹਨੇ ਹੁਣੇ ਪਹਿਲਾਂ ਕਵਿਤਾ ਜੀ ਆਏ ਸੀਗੇ, ਉਹਨਾਂ ਤੇ ਵੀ ਮਾਰ ਰਿਹਾ ਸੀ? ਨਹੀਂ ਨਹੀਂ, ਉਹਨਾਂ ਨੂੰ ਮੈਂ ਕੁਝ ਨਹੀਂ ਕਿਹਾ ਉਹਨਾਂ ਨੂੰ। ਅੱਛਾ, ਮੈਂ ਉਹਨਾਂ ਨੂੰ ਸਿਰਫ ਇੰਨੀ ਗੱਲ ਕਹੀ ਸੀ, ਮੈਂ ਕਿਹਾ ਦੇਖੋ ਤੁਸੀਂ ਬਹੁਤ ਖੂਬਸੂਰਤ ਹੋ, ਬਹੁਤ ਜ਼ਿਆਦਾ ਖੂਬਸੂਰਤ ਹੋ, ਤੇ ਤੁਹਾਨੂੰ ਵੀ ਮੈਂ ਸੇਮ ਕਹਿਣਾ, ਤੁਸੀਂ ਯਾਰ ਤੈਨੂੰ ਡਰ ਨਹੀਂ ਲੱਗਦਾ? ਤੂੰ ਤਹਿਸੀਲਦਾਰ ਸਾਹਿਬ ਨਾਲ ਸਿੱਧੀਆਂ ਗੱਲਾਂ ਕਰਕੇ ਉਹਨਾਂ ਨੂੰ ਕਹਿਤਾ, ਬਹੁਤ ਸੋਹਣੀ ਲੱਗਦੀ ਹੈ। ਕੋਰਟ ਕਚਹਿਰੀਆਂ ਦੇ ਵਿੱਚ ਅਸੀਂ ਜਾਈਦਾ, ਸਾਡੀਆਂ ਲੱਤਾਂ ਕੰਬਦੀਆਂ ਥਰ ਥਰ ਜਦੋਂ ਤਹਿਸੀਲਦਾਰ ਸਾਹਿਬ ਦੇ ਸਾਹਮਣੇ ਖੜੀਦਾ। ਕਮਾਲ ਦਾ ਯਾਰ ਮੁੰਡਾ। ਭਾਜੀ ਫਿਰ ਉਹ ਤੁਹਾਡਾ ਕੰਮ ਆ ਨਾ, ਮੈਂ ਨਹੀਂ ਡਰਦਾ ਕਿਸੇ ਤੋਂ। ਡਰਾਓ ਇਹਨੂੰ ਜ਼ਰਾ। ਨਹੀਂ ਨਹੀਂ, ਤੁਹਾਡੇ ਤੋਂ ਮੈਂ ਡਰਦਾ। ਪਹਿਲਾਂ ਸੀਗੇ ਨਾ ਪੁਲਿਸ 'ਚ, ਉਹ ਦੁਬਾਰਾ ਰੂਪ ਲੈ ਕੇ ਆਓ ਤੇ ਇਹਨੂੰ ਡਰਾਓ, ਕਿਤੇ ਇਹਨੂੰ ਵੀ ਕੋਈ ਸੈੱਟ ਕਰੇ, ਇਹਦੀ ਬੋਲਤੀ ਬੰਦ ਕਰੇ ਕੋਈ। ਅਸੀਂ ਕੋਈ ਨਹੀਂ ਕਰ ਸਕਦਾ ਕਿਉਂਕਿ ਭਾਜੀ ਮੇਰਾ ਨਾਮ ਹੀ ਬੋਲਤੀ ਬੰਦ ਆ। ਮੈਂ ਕਹਿੰਦਾ ਕਾਹਨੂੰ ਬੱਚਾ ਵਿਚਾਰਾ, ਫਿਰ ਲੋਕਾਂ ਨੇ ਕਹਿਣਾ ਪੁਲਿਸ ਬੜੀ ਮਾੜੀ ਹੈ, ਪੁਲਿਸ ਬੜਾ ਪੁੱਠਾ ਬੋਲਦੀ ਹੈ। ਬੱਚਾ ਹੈ, ਕੋਈ ਨਹੀਂ ਆਪੇ ਸਦਾ। ਚਲੋ ਠੀਕ ਹੈ, ਬੱਚੇ ਨੂੰ ਕੁਝ ਨਹੀਂ ਕਹਿਣਾ, ਵੱਡੇ ਨੂੰ ਤੱਕੋ। ਮੈਂ ਪਤਾ ਕਿੰਨੀ ਮੈਂ ਕੀ ਗਲਤ ਕੰਮ ਕਰ ਲਿਆ? ਉਹਨਾਂ ਨੇ ਤਾਂ ਬੜੀ ਖਾਤਰਦਾਰੀ ਕੀਤੀ ਹੈ ਸਾਡੀ, ਤੂੰ ਤਾਂ ਸਗੋਂ ਵਿੱਚ ਸਾਡੇ ਚੱਲਦੇ ਪ੍ਰੋਗਰਾਮ ਦੇ ਵਿੱਚ ਆ ਕੇ ਬਹਿ ਗਿਆ ਯਾਰ। ਅੱਛਾ, ਮੈਂ ਭਾਜੀ ਐਕਚੁਅਲੀ ਕਨਫਿਊਜ਼ ਸੀਗਾ ਬਹੁਤ ਜ਼ਿਆਦਾ। ਕਿਹੜੀ ਗੱਲ ਤੋਂ? ਮੈਨੂੰ ਸਮਝ ਨਹੀਂ ਆ ਰਹੀ ਸੀ, ਤੁਸੀਂ ਤੇ ਉਹ ਮਿੰਦੋ ਜੀ, ਉਹ ਭੈਣਾ ਹੋ ਨਾ ਤੁਸੀਂ? ਹਾਂਜੀ। ਬਾਰਵੀਂ ਕੀਤੀ, ਦੋਨਾਂ ਨੇ ਮਿਲਾ ਕੇ 22 ਹੋ ਗਈਆਂ। ਅੱਛਾ, ਤੇ 3 ਮੇਰੀਆਂ 25, ਮੈਂ ਫਲਰਟ ਤਾਂ ਕਰ ਹੀ ਸਕਦਾ? ਮੇਰਾ ਜੀ ਇਹਦੇ ਵਿੱਚ ਕਰੈਕਟਰ ਹੈਗਾ ਲੱਖਾ ਨਾਮ ਹੈ ਕਰੈਕਟਰ ਦਾ, ਬੜਾ ਪੜ੍ਹਿਆ ਲਿਖਿਆ ਮੁੰਡਾ ਹੈ, ਪਿੰਡ 'ਚ ਰਹਿਣ ਵਾਲਾ ਮੁੰਡਾ ਹੈ, ਰਿਸ਼ਤਿਆਂ ਨੂੰ ਜੋੜ ਕੇ ਰੱਖਦਾ, ਬੜਾ ਟਿੱਚਰ ਮਖੌਲ ਵੀ ਕਰਦਾ, ਥੋੜਾ ਜਿਹਾ ਸ਼ਰਾਰਤੀ ਵੀ ਹੈ ਤੇ ਕਿਤੇ ਕਿਤੇ ਸੀਰੀਅਸ ਵੀ ਹੋ ਜਾਂਦਾ।
तो मतलब की है भी पूरा पंजाबीयत नाल जुड़िया हुआ करैक्टर है जो पिंडां दे विच आम जो करैक्टर होंदे ने ਉਹ ਤੁਹਾਨੂੰ ਦੇਖਣ ਨੂੰ ਮਿਲੇਗਾ ਜੀ ਤੇ ਤੁਹਾਡਾ ਤੇ ਮੇਰਾ ਹੈਗਾ ਜੀਤੋ ਦਾ ਕੈਰੇਕਟਰ ਤੇ ਜੀਤੋ ਬਹੁਤ ਭੋਲੀ ਪਾਲੀ ਤੇ ਘਰ ਨੂੰ ਸਾਂਭ ਕੇ ਰੱਖਣ ਵਾਲੀ ਉਹ ਜੀ ਕੁੜੀ ਹੈਗੀ ਹੈ ਪਰ ਹਰ ਇਮੋਸ਼ਨ ਤੁਹਾਨੂੰ ਦੇਖਣ 'ਚ ਮਿਲੂਗਾ ਇਸ ਫਿਲਮ 'ਚ ਵੀ ਇਸ ਕੈਰੇਕਟਰ 'ਚ ਵੀ ਐਂਡ ਮੈਂ ਪਲੇ ਕਰ ਰਹੀ ਹਾਂ ਰਾਜਵੀਰ ਜੀ ਦੇ ਓਪੋਜ਼ਿਟ ਤੇ ਮਿੰਦੋ ਕਵਿਤਾ ਜੀ ਮੇਰੀ ਸਿਸਟਰ ਪਲੇ ਕਰ ਰਹੇ ਆ ਕਰਮਜੀਤ ਭਾਜੀ ਮੇਰੇ ਜੇਠ ਬਣੇ ਹੋਏ ਆ ਤੇ ਉਹਨਾਂ ਦੇ ਸਾਡਾ ਰਿਲੇਸ਼ਨਸ਼ਿਪ ਕਿਵੇਂ ਹੁੰਦਾ ਹੈ ਕਿਹੋ ਜਿਹੇ ਅਸੀਂ ਐਕਸਪੀਰੀਅੰਸਿਸ ਹੁੰਦੇ ਆ ਸਾਨੂੰ ਫਿਲਮ 'ਚ ਐਂਡ ਸਾਰੇ ਕੈਰੇਕਟਰਸ ਬਹੁਤ ਸੋਹਣੇ ਆ ਇਸ ਫਿਲਮ 'ਚ ਅਤੇ ਮੇਰਾ ਕੈਰੇਕਟਰ ਉਹਨਾਂ ਵਿੱਚੋਂ ਇੱਕ ਹੈ ਬਿਲਕੁਲ ਸਾਰੇ ਕੈਰੇਕਟਰ ਬਹੁਤ ਸੋਹਣੇ ਆ ਕੁੜੀ ਕੰਮ ਵੀ ਕਰ ਲੈਂਦੀ ਸਾਰਾ ਸਭ ਕੁਛ ਹੋ ਜਾਂਦਾ ਭਾਬੀ ਪਸੰਦ ਵਿਆਹ ਹੋ ਗਿਆ ਉਹਨਾਂ ਦਾ ਉਹ 'ਚ ਹਾਂ ਮੇਰਾ ਵਿਆਹ ਇਹਨਾਂ ਦੇ ਨਾਲ ਹੋਇਆ ਨਹੀਂ ਫਿਲਮ 'ਚ ਹੋਇਆ ਨਾ ਭਾਜੀ ਫਿਲਮ 'ਚ ਹੁੰਦਾ ਹੁੰਦਾ ਤੇ ਮੈਂ ਇਹਨੇ ਛੋਟੇ ਮੁੰਡੇ ਨਾਲ ਵਿਆਹ ਥੋੜੀ ਕਰਾਉਂਗੀ ਹਾਂ ਬਿਲਕੁਲ ਠੀਕ ਹੈ ਫਿਰ ਗੋਦ ਲੈ ਲਓ ਗੋਦ ਵੀ ਨਹੀਂ ਲੈ ਜਾਣਾ ਤੂੰ ਗੋਦ ਵਾਲਾ ਹੈ ਹੀ ਨਹੀਂ ਤੂੰ ਨਲਾਇਕ ਹੈਗਾ ਤੀਜੀ ਕਲਾਸ ਤੋਂ ਕਰਾ ਫਿਰਦਾ ਕਿੰਨੇ ਸਾਲਾਂ ਤੋਂ ਪਤਾ ਨਹੀਂ ਭਾਜੀ ਵੱਡੇ ਆ ਨੇ ਇਹਨਾਂ ਨੇ ਗਿਣਿਆ ਹੋਣਾ ਮੈਨੂੰ 5-6 ਸਾਲ ਹੋ ਗਏ ਅਸੀਂ ਤਾਂ ਅੱਕ ਕੇ ਡੈਡੀ ਜਦੋਂ ਜਾਂਦੇ ਆ ਫਿਰ ਤੀਜੀ ਕਲਾਸ ਤੋਂ ਅੱਗੇ ਵੱਧਦਾ ਹੀ ਨਹੀਂ ਹੈਗਾ ਤੂੰ ਤਾਂ ਖਰਚੇ ਦਾ ਘਰ ਆ ਹਾਂ ਇੱਥੇ ਤੇਰੀਆਂ ਫੀਸਾਂ ਭਰਾਂਗੇ ਹੋਰ ਕੀ ਤੇ ਕੁੜੀਆਂ ਤੇ ਹਰੇਕ ਤੇ ਲਾਈਨਾਂ ਮਾਰਦਾ ਹੁੰਦਾ ਹੈ ਲੰਬੇ ਦਵਾਉਗਾ ਸਾਨੂੰ ਇੱਕ ਜੀ ਸੋ ਚਲੋ ਇਹਨੂੰ ਤੁਸੀਂ ਛੱਡੋ ਪਰ ਇਹਦੀ ਬੋਲਤੀ ਤਾਂ ਕਦੀ ਬੰਦ ਹੋਣੀ ਨਾ ਇਹਦਾ ਬੋਲਤੀ ਬੰਦ ਹੈ ਪਰ ਬੋਲਤੀ ਨਹੀਂ ਕਦੀ ਬੰਦ ਹੋ ਸਕਦੀ ਹੈ ਨਾ ਆਪਾਂ ਮੂਵੀ ਨੂੰ ਲੈ ਕੇ ਗੱਲਬਾਤ ਕਰਦੇ ਤੁਹਾਡੀ ਮੈਂ ਗੱਲਬਾਤ ਸੁਣੀ ਸੀ ਤੁਸੀਂ ਵੈਸੇ ਬੜੇ ਮਾਡਰਨ ਹੋ ਹਮੇਸ਼ਾ ਤੁਹਾਡਾ ਰੂਪ ਆਪਾਂ ਦੇਖਿਆ ਹੈਗਾ ਤੇ ਇਹਦੇ ਵਿੱਚ ਬੜਾ ਸਿੰਪਲ ਜਿਹਾ ਰੋਲ ਮੈਨੂੰ ਨਾ ਹਲੇ ਤੱਕ ਸਾਰਿਆਂ ਨੇ ਸ਼ਹਿਰੀ ਲੁੱਕ 'ਚ ਜ਼ਿਆਦਾ ਦੇਖਿਆ ਅਤੇ ਆਹ ਮੇਰੀ ਪਹਿਲੀ ਪੀਰੀਅਡ ਫਿਲਮ ਆ ਜਿਸ 'ਚ ਮੈਂ ਯੂਨੋ ਮੈਰਿਡ ਕੁੜੀ ਦਾ ਕੈਰੇਕਟਰ ਪਲੇ ਕਰ ਰਹੀ ਹਾਂ ਅਤੇ ਮੈਨੂੰ ਸਭ ਤੋਂ ਵੱਡੀ ਗੱਲ ਹੈ ਪਰਫੋਰਮੈਂਸ ਮੈਨੂੰ ਚਾਹੀਦੀ ਸੀਗੀ ਕਿਤੇ ਮੈਨੂੰ ਹੋਰ ਜ਼ਿਆਦਾ ਪਰਫੋਰਮ ਕਰਨ ਨੂੰ ਮਿਲੇ ਐਂਡ ਆਈ ਥਿੰਕ ਇਹ ਉਹੋ ਜਿਹੀ ਫਿਲਮ ਸੀਗੀ ਜਿਹੜਾ ਕੈਰੇਕਟਰ ਮੈਂ ਰਿਲੇਟ ਕਰ ਸਕਦੀ ਸੀ ਨਾਲੇ ਮੈਨੂੰ ਪਲੇ ਕਰਕੇ ਬੜਾ ਮਜ਼ਾ ਆਇਆ ਜੋ ਮੈਨੂੰ ਕੈਰੇਕਟਰ ਦਿੱਤਾ ਗਿਆ ਸੋ ਬਸ ਮੈਨੂੰ ਬਹੁਤ ਵਧੀਆ ਲੱਗਿਆ ਜੀ ਤੇ ਤੁਸੀਂ ਤਾਂ ਵੈਸੇ ਹੀ ਹਮੇਸ਼ਾ ਗਾਣਿਆਂ 'ਚ ਤਾਂ ਬੜਾ ਰੋਬਦਾਰ ਹਮੇਸ਼ਾ ਰਹਿੰਦੇ ਹੋ ਇਹ 'ਚ ਵੀ ਪੂਰੀ ਸਰਦਾਰੀ ਤੁਹਾਡੀ ਪੂਰੀ ਕਾਇਮ ਹੈਗੀ ਹੈ ਸੋ ਮੇਰੇ ਖਿਆਲ ਦੇ ਵਿੱਚ ਉਹੀ ਰੀਅਲ ਲਾਈਫ ਵਾਲਾ ਤੁਹਾਨੂੰ ਔਖਾ ਲੱਗਾ ਇਹ ਕਰੈਕਟਰ ਕਿ ਮੇਰੇ ਖਿਆਲ 'ਚ ਆਮ ਹੀ ਹੋਣਾ ਹੈ ਨਹੀਂ ਇਹਦੇ ਵਿੱਚ ਥੋੜ੍ਹਾ ਜਿਹਾ ਤਾਂ ਹਟਕੇ ਸੀਗਾ ਜਿੱਦਾਂ ਗਾਣਿਆਂ ਦੇ ਵਿੱਚ ਤਾਂ ਤੁਸੀਂ ਮੈਨੂੰ ਦੇਖਦੇ ਹੋ ਮੇਰੇ ਪੂਰੇ ਸੂਟ ਸੂਟ ਪਾਏ ਹੁੰਦੇ ਨੇ ਪ੍ਰੋਪਰ ਮਾਡਰਨ ਅੱਜ ਕੱਲ੍ਹ ਦੇ ਆਪਾਂ ਗਾਣੇ ਕਰਦੇ ਹਾਂ ਪਰ ਇਹਦੇ ਵਿੱਚ ਥੋੜ੍ਹਾ ਜਿਹਾ ਬੈਕ ਅਸੀਂ ਚਲੇ ਜਾਂਦੇ ਹਾਂ ਜਿਵੇਂ 80 ਤੋਂ 85 ਦਾ ਜਿਹੜਾ ਦਹਾਕਾ ਸੀਗਾ ਜਾਂ 70 ਤੋਂ ਕਹਿ ਲਓ 85 ਤੱਕ ਦਾ ਉਸ ਟਾਈਮ ਦੀ ਫਿਲਮ ਆ ਉਹ ਟਾਈਮ ਅਸੀਂ ਦੇਖਿਆ ਨਹੀਂ ਹੈ ਪਰ ਪੁਰਾਣੀਆਂ ਫੋਟੋਆਂ ਜਦੋਂ ਦੇਖਦੇ ਹਾਂ ਸਾਡੇ ਫਾਦਰ ਸਾਹਿਬ ਜਾਂ ਚਾਚਾ ਜੀ ਹੋਣੀ ਤਾਏ ਹੋਣੀ ਉਹਨਾਂ ਦੀਆਂ ਫੋਟੋਆਂ ਦੇਖਦੇ ਹਾਂ ਤਾਂ ਉਹਨਾਂ ਨੂੰ ਦੇਖਦੇ ਕਿ ਸਾਨੂੰ ਲੱਗਦਾ ਹੁੰਦਾ ਵੀ ਇਹ ਕਰੈਕਟਰ ਅੱਜ ਇੱਦਾਂ ਦੇ ਆ ਤਾਂ ਉਦੋਂ ਕਿੱਦਾਂ ਦੇ ਹੋਣਗੇ ਤਾਂ ਉਹਨਾਂ ਨੂੰ ਦੇਖ ਦੇਖ ਕੇ ਆਮ ਮਿਲ ਜਾਂਦੇ ਨੇ ਪਿੰਡਾਂ ਦੇ ਵਿੱਚ ਕਰੈਕਟਰ ਅਸੀਂ ਪਿੰਡਾਂ ਦੇ ਰਹਿਣ ਵਾਲੇ ਬੰਦੇ ਹਾਂ ਤਾਂ ਪਿੰਡਾਂ ਦੇ ਵਿੱਚੋਂ ਆਮ ਲੱਭ ਜਾਂਦੇ ਨੇ ਕਰੈਕਟਰ ਭਾਈ ਤੁਸੀਂ ਮੇਰੀ ਸਿਫਾਰਿਸ਼ ਕਰ ਸਕਦੇ ਹੋ ਪ੍ਰੋਡਿਊਸਰ ਨੂੰ ਵੀ ਭਾਵੇਂ ਕੁੱਟ ਖਾਣ ਵਾਲਾ ਹੋਵੇ ਕੁੜੀ ਕੋਲੋਂ ਪਰ ਇੱਕ ਰੋਲ ਦਵਾ ਦਿਓ ਬੜਾ ਤਜਰਬਾ ਤੈਨੂੰ ਮਿਲਾ ਸਕੂਲ 'ਚ ਵੀ ਤੂੰ ਕੁੱਟ ਖਾਂਦਾ ਹੈ ਮੁਰਗਾ ਮੁਰਗਾ ਬਣਦਾ ਲੱਗਦਾ ਮੈਨੂੰ ਹਾਂ ਜੇ ਮੈਡਮ ਹੋਵੇ ਤਾਂ ਖਾ ਲੈਣਾ ਬਟ ਸਰ ਕੋਲੋਂ ਨਹੀਂ ਖਾਧੀ ਭੱਜਿਆ ਹੀ ਉਹਨਾਂ ਤੋਂ ਮੈਂ ਤੇ ਇਸ ਰੋਲ ਮਤਲਬ ਅਗਰ ਇੱਦਾਂ ਦਾ ਕੋਈ ਰੋਲ ਹੋਵੇ ਦਵਾ ਦੋਗੇ ਮੈਨੂੰ ਇੱਕ ਹੀ ਚਪੇੜ ਖਾਣੀ ਮੈਂ ਸਿਰਫ ਇੱਕੋ ਨਹੀਂ ਚਪੇੜਾਂ ਤਾਂ ਤੇਰੇ 5-7 ਕਰ ਲੈਨੇ ਆ 5-7 ਮੇਰਾ ਦੇ ਆ ਸਾਹਮਣੇ ਕੈਮਰੇ ਲੱਗੇ ਹੋਏ ਨੇ ਮੈਂ ਕਹਿੰਦਾ ਇੱਥੇ ਕਰ ਦਿੰਨੇ ਸੈਟਿੰਗ ਕਰੀਏ ਆਪਾਂ ਰੋਲ ਹਾਂ ਕਰੀਏ ਰੋਲ ਕੀ ਨਾਲੇ ਤੇਰਾ ਚਾਹ ਪੂਰਾ ਹੋ ਜੂ ਨਹੀਂ ਨਹੀਂ ਆਵਾਜ਼ ਨਹੀਂ ਆ ਰਹੀ ਮੈਨੂੰ ਪਤਾ ਨਹੀਂ ਕੀ ਕੁੜੀ ਕੋਲੋਂ ਹੀ ਮਰਵਾ ਦਿੰਨੇ ਆ ਹਾਂ ਕੁੜੀ ਬਹੁਤ ਚੰਗੀ ਲੱਗੀ ਨਾ ਨਹੀਂ ਨਹੀਂ ਟਰਮ ਐਂਡ ਕੰਡੀਸ਼ਨ ਇਹ ਕਿ ਉਹ ਵਾਈਫ ਹੋਣੀ ਚਾਹੀਦੀ ਮੇਰੀ ਨਾਲੇ ਬਹਾਨੇ ਨਾਲ ਹੱਥ ਲੱਗ ਜੂ ਕੁੜੀ ਦਾ ਹਾਂ ਇਹ ਤਾਂ ਸੈਟ ਅਪ ਹੈ ਜੀ ਗੱਲ ਸੋ ਵਾਈਫ ਤਾਂ ਤੇਰੀ ਕਦੀ ਹੋ ਨਹੀਂ ਸਕਦੀ ਮੈਨੂੰ ਤਾਂ ਇਹੀ ਟੈਨਸ਼ਨ ਹੈ ਮੇਰੀ ਭਾਬੀ ਤਾਂ ਕਦੀ ਮੈਨੂੰ ਮਿਲਣੀ ਨਹੀਂ ਜਿੱਦਾਂ ਦੀਆਂ ਦੀਆਂ ਹਰਕਤਾਂ ਹੈ ਬਸ ਮੈਂ ਹਾਂ ਹੀ ਨਹੀਂ ਕਰਨੀ ਹਾਂ ਜਿਹਨੇ ਹਾਂ ਹੀ ਨਹੀਂ ਕਰਨੀ ਦੇਖ ਲਓ ਉਹ ਛੱਡੋ ਆ ਜਿਹੜੀ ਭੈਣ ਦੀ ਬਾਦੂਆ ਲੱਗ ਰਹੀ ਉਹਦਾ ਕੀ ਹੋਣਾ ਰੋਜ਼ ਬੋਲ ਦਿੰਦੇ ਤੇਰਾ ਵਿਆਹ ਨਹੀਂ ਹੋਣਾ ਵਿਆਹ ਨਹੀਂ ਹੋਣਾ ਤੁਸੀਂ ਮੈਨੂੰ ਇੱਕ ਵਾਰੀ ਵਿਆਹ ਕਰਾ ਕੇ ਪ੍ਰੂਫ ਕਰ ਦਿਓ ਵੀ ਹੋਣਾ ਮੇਰਾ ਵਿਆਹ ਅੱਛਾ ਜੀ ਪਰ ਹਰਕਤਾਂ ਸਹੀ ਕਰ ਲਓ ਨਾ ਆਪਣੀਆਂ ਡੈਡੀ ਦਾ ਫੋਨ ਆ ਰਿਹਾ ਤੂੰ ਪਹਿਲਾਂ ਘਰ ਜਾ ਤੈਨੂੰ ਬੁਲਾ ਰਹੇ ਨੇ ਸਪੈਸ਼ਲ ਡੈਡੀ ਦਾ ਫੋਨ ਹਾਂ ਓਹੋ ਤਿੰਨ ਮਿਸ ਕਾਲਾਂ ਜੇ ਤੂੰ ਇਸ ਵਾਰੀ ਪਾਸ ਹੋ ਗਿਆ ਅੱਜ ਚੋਣ ਗਿਆ ਸੀ ਚੋਕੇ ਨਹੀਂ ਆਇਆ ਤੇਰਾ ਪ੍ਰੋਮਿਸ ਹੈ ਈਸ਼ਾ ਦਾ ਵਿਆਹ ਤੇਰੇ ਨਾਲ ਕਰਾ ਦੇਾਂਗੇ ਜੇ ਮੈਂ ਪਾਸ ਹੋ ਗਿਆ ਹਾਂ ਈਸ਼ਾ ਪ੍ਰਾਈਜ਼ ਮਨੀ ਪੱਕਾ ਪੱਕਾ ਭਾਜੀ ਮੈਂ ਬੈਠਾ ਹਾਂ ਇੱਥੇ ਤੈਨੂੰ ਕਹਤਾ ਇੱਕ ਮਿੰਟ ਬੋਲਿਓ ਦੁਬਾਰਾ ਤੀਜੀ ਤੋਂ ਬਾਅਦ ਜਦੋਂ ਕਰਾ ਦੂੰਗਾ ਪਰ ਜੇ ਤੂੰ ਪਾਸ ਹੋਇਆ ਤੀਸਰੀ ਕਲਾਸ ਚ ਨਹੀਂ ਨਹੀਂ ਤੀਸਰੀ ਤੋਂ ਨਹੀਂ ਜਦੋਂ ਇਹ ਗ੍ਰੈਜੂਏਸ਼ਨ ਤੱਕ ਚਲੋ ਇਹਨੂੰ ਪਹਿਲਾਂ ਤੀਸਰੀ ਚੋਂ ਤਾਂ ਕੱਢੀਏ ਮੈਨੂੰ ਜਦੋਂ ਦੇ ਹਾਲਾਤ ਲੱਗ ਗਏ ਮੈਨੂੰ ਲੱਗਦਾ ਹੈ ਤੀਸਰੀ ਚੋਂ ਮਸਾ ਪੜਨਾ ਸ਼ੁਰੂ ਕਰਦੇ ਪਾਸ ਹੋਣਾ ਮੈਂ ਪੜੂੰਗਾ ਭਾਜੀ ਮੈਂ ਤੀਸਰੀ ਚੋਂ ਫਸਟ ਆ ਕੇ ਵਿਖਾਉਂਗਾ ਠੀਕ ਹੈ ਉਸ ਤੋਂ ਬਾਅਦ ਤੁਸੀਂ ਆਪ ਰਿਸ਼ਤਾ ਲੈ ਕੇ ਆਇਓ ਨਾ ਫਸਟ ਨੂੰ ਛੱਡ ਦੇ ਤੂੰ ਪਾਸ ਹੀ ਹੋ ਜਾ ਭਰਾ ਚੌਥੀ ਦੇ ਵਿੱਚ ਚਲਾ ਜਾ ਮੈਂ ਇਹ ਦੇਖਦਾ ਜਾਲੀ ਸਰਟੀਫਿਕੇਟ ਕਿੱਥੇ ਬੰਦੇ ਆ ਚੱਲ ਜਾ ਜਾਲੀ ਇਹਨੂੰ ਸਮਝਾਓ ਮਾੜਾ ਜਿਹਾ ਇਹ ਤਾਂ ਤੁਹਾਡਾ ਬਹੁਤ ਤੁਹਾਡਾ ਲੰਬਾ ਦਵਾਏਗਾ ਤੁਹਾਨੂੰ ਪੁੱਛੋ ਨਾ ਇਹ ਤਾਂ ਲੰਬੇ ਬਹੁਤ ਹੀ ਦਵਾਉਂਦਾ ਤੇ ਮੈਂ ਜਿੱਥੇ ਕੰਮ ਕਰਨ ਜਾਂਦੀ ਪਿੱਛੇ ਪਿੱਛੇ ਚੱਲੀ ਜਾਂਦਾ ਹੈ
ਸੋ ਇਹਦੀਆਂ ਤਾਂ ਛੱਡੋ, ਇਹ ਤੋਂ ਅਸੀਂ ਆਲਰੇਡੀ ਬੜੇ ਦੁਖੀ ਆ ਚੁੱਕੇ ਹਾਂ। ਸੋ ਤੁਸੀਂ ਦੱਸੋ ਜੀ, ਮੂਵੀ ਦਾ ਜਦੋਂ ਸ਼ੂਟ ਚੱਲ ਰਿਹਾ ਸੀ, ਹੈ ਨਾ, ਮੂਵੀ ਜਦੋਂ ਸ਼ੂਟ ਹੁੰਦੀ ਹੈ ਤਾਂ ਬੜੀਆਂ ਗੱਲਾਂ ਹੁੰਦੀਆਂ ਨੇ, ਹੈ ਨਾ, ਇੱਕ ਫਨੀ ਮੂਮੈਂਟ ਤਾਂ ਪੁੱਛਾਂਗੇ, ਪਰ ਕੋਈ ਇੱਦਾਂ ਦੀ ਹੋਈ ਕਿ ਗੁੱਸਾ ਆ ਗਿਆ ਹੋਵੇ ਜਾਂ ਕੁਛ ਇੱਦਾਂ ਦੀ ਕੋਈ ਲੜਾਈ ਵਾਲੀ ਮੂਮੈਂਟ ਕੁਛ ਇੱਦਾਂ ਦਾ ਆਇਆ? ਨਹੀਂ, ਇੱਦਾਂ ਦਾ ਕੁਛ ਨਹੀਂ ਹੋਇਆ, ਕਿਉਂਕਿ ਲੜਾਈ ਵਾਲਾ ਤਾਂ ਉੱਥੇ ਮਾਹੌਲ ਹੈ ਨਹੀਂ ਸੀ, ਕਿਉਂਕਿ ਅਸੀਂ, ਮੈਂ ਤੁਹਾਨੂੰ ਦੱਸਦਾ, ਚੱਲਦੇ ਸ਼ੂਟ ਦੇ ਵਿੱਚ ਆਮ ਤੌਰ 'ਤੇ ਗਾਣੇ ਵੀ ਸ਼ੂਟ ਕਰਦੇ ਹਾਂ, ਫਿਲਮਾਂ ਵੀ ਸ਼ੂਟ ਕਰਦੇ ਹਾਂ, ਤਾਂ ਕਈ ਵਾਰੀ ਇਹ ਹੁੰਦਾ ਵੀ ਯਾਰ ਬਹੁਤ ਕੰਮ ਕਰ ਲਿਆ, ਥੱਕ ਗਏ ਹਾਂ, ਕੱਲ੍ਹ ਨੂੰ ਸਾਡਾ ਸ਼ੂਟ ਨਹੀਂ ਹੈਗਾ, ਕੋਈ ਹੋਰ ਉਹਨਾਂ ਨੇ ਸੀਨ ਕਰਨੇ ਹੈਗਾ, ਸਾਡਾ ਉਹਦੇ ਵਿੱਚ ਨਹੀਂ ਹੈ, ਤਾਂ ਸ਼ੁਕਰ ਮਨਾਈ ਦਾ ਵੀ ਚੱਲ ਯਾਰ ਅੱਜ ਫ੍ਰੀ ਹਾਂ ਆਪਾਂ, ਆਪਦਾ ਉੱਥੇ ਹੋਟਲ 'ਚ ਬੈਠਦੇ ਹਾਂ ਜਾਂ ਕੋਈ ਆਪਣੇ ਹੋਰ ਕੰਮ ਕਾਰ ਕਰ ਲਾਂਗੇ, ਰਿਲੈਕਸ ਹੋ ਜਾਂਗੇ, ਥੋੜ੍ਹਾ ਜਿਹਾ ਰੈਸਟ ਕਰ ਲਾਂਗੇ। ਪਰ ਇੱਥੇ ਕੀ ਹੁੰਦਾ ਸੀ, ਮੈਂ ਦੋ ਦਿਨ ਮੇਰਾ ਫਿਲਮ 'ਚ ਕੰਮ ਨਹੀਂ ਸੀ, ਤਾਂ ਮੈਂ ਫਿਰ ਵੀ ਸੈੱਟ 'ਤੇ ਆਇਆ, ਕਿਉਂਕਿ ਅਸੀਂ ਉੱਥੇ, ਸਾਡੇ ਕੋਲ ਮਾਹੌਲ ਇੰਨਾ ਵਧੀਆ ਹੁੰਦਾ ਸੀ ਫਿਲਮ ਦੇ, ਕਰਮਜੀਤ ਭਾਅ ਜੀ ਨੇ ਉੱਥੇ, ਟਾਟਾ ਬੈਨੀਪਾਲ ਜਿਹਨਾਂ ਨੇ ਡਾਇਲੋਗ ਲਿਖੇ ਨੇ ਉਹਨਾਂ ਨੂੰ ਆਲਰੇਡੀ ਬਹੁਤ ਪੰਚ ਆਉਂਦੇ ਨੇ, ਅਸੀਂ ਬੈਠ ਜਾਂਦੇ ਸੀ, ਰੋਟੀ ਖਾਣੀ ਦੁੱਭਰ ਹੋ ਜਾਂਦੀ ਸੀ ਸਾਡੀ, ਇੰਨਾ ਹਸਾਉਂਦੇ ਨੇ ਉਹ, ਗੱਲਾਂ ਮਾਰਦੇ ਨੇ, ਤਾਂ ਸਾਨੂੰ ਇੱਦਾਂ ਦਾ ਕਦੇ ਵੀ ਨਹੀਂ ਉੱਥੇ ਲੱਗਿਆ ਕਿ ਜਾਂ ਕਿਸੇ ਨਾਲ ਲੜਾਈ ਹੋਈ ਹੋਵੇ, ਉਹ ਗੱਲਾਂ, ਉਹ ਸ਼ੂਟ ਕਦੇ ਨਹੀਂ ਭੁੱਲੇਗਾ ਸਾਨੂੰ ਇਹ ਫਿਲਮ ਦਾ। ਜੀ, ਅਤੇ ਵੈਸੇ ਹੁੰਦਾ ਹੈ ਨਾ ਵੀ ਕੋਈ ਜਦੋਂ ਆਪਾਂ ਕਰਦੇ, ਬਹੁਤ ਸਾਰੇ ਲੋਕ ਹੁੰਦੇ ਨੇ, ਹੈ ਨਾ, ਮੂਵੀ ਦੇ ਵਿੱਚ, ਅਤੇ ਉਹਦੇ ਵਿੱਚੋਂ ਕੋਈ, ਚਲੋ ਠੀਕ ਹੈ, ਕੋਈ ਫਨੀ ਹੋ ਗਿਆ, ਹਸਾਉਂਦਾ, ਪਰ ਕੋਈ ਨਾ ਕੋਈ ਗੁੱਸੇ ਵਾਲਾ ਤਾਂ ਹੁੰਦਾ, ਕੋਈ ਨਹੀਂ ਸੀ ਗੁੱਸੇ ਵਾਲਾ, ਸਭ ਇੱਦਾਂ ਹੀ ਸੀਗੇ? ਨਹੀਂ, ਸਾਰੇ ਹੀ ਵਧੀਆ ਸੀਗੇ ਜੀ, ਗੁੱਸੇ ਵਾਲਾ ਸੀ ਅਵਤਾਰ ਸਿੰਘ ਸਾਡਾ ਡਾਇਰੈਕਟਰ ਸਾਡੀ ਫਿਲਮ ਦਾ, ਤੇ ਉਹ ਵੀ ਸਾਡੇ ਨਾਲ ਨਹੀਂ ਸੀ ਕਦੇ ਗੁੱਸੇ ਹੁੰਦੇ, ਮਤਲਬ ਜਦੋਂ ਕੋਈ ਉਹਨਾਂ ਨੇ ਆਪਣੀ ਟੀਮ ਤੇ ਕਰਦੇ, ਆਪਣੀ ਟੀਮ ਤੇ ਬਹੁਤ ਗੁੱਸਾ ਕੱਢਦੇ ਸੀ, ਉਹ ਤੂੰ ਕੀ ਕਰ ਰਿਹਾ, ਤੂੰ ਕੀ ਕਰ ਰਿਹਾ, ਇੱਧਰ ਨਹੀਂ ਜਾ ਰਿਹਾ, ਉੱਧਰ ਨਹੀਂ ਜਾ ਰਿਹਾ, ਤਾਂ ਕਿ ਟਾਈਮ ਤੇ ਕੰਮ ਹੋਵੇ, ਖਿੱਚ ਕੇ ਰੱਖਦੇ ਸੀਗੇ, ਟੀਮ ਖਿੱਚ ਕੇ ਰੱਖਦੇ ਸੀਗੇ। ਤੇ ਆਪਾਂ ਕਾਲਰ ਵੀ ਆ ਸਾਡੇ ਨਾਲ, ਇੱਕ ਕਾਲਰ ਲੈ ਲੈਣੇ ਆ, ਹੈ ਨਾ, ਉਹਨਾਂ ਦੇ ਨਾਲ ਗੱਲਬਾਤ ਕਰਦੇ, ਫਿਰ ਤੁਸੀਂ ਦੱਸ ਦਿਓ ਉਹਨਾਂ ਨੂੰ, ਕਹਿ ਦਿਓ ਕਿ ਮੂਵੀ ਦੇਖਣ ਜਾਓ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰਬਜੀਤ ਜੀ, ਕੀ ਹਾਲ ਚਾਲ? ਸੋ ਅੱਜ ਜੀ ਕਰੋ ਗੱਲਬਾਤ, ਅੱਜ ਮੇਰੇ ਨਾਲ ਨਹੀਂ ਕਰਨੀ ਹੈਗੀ, ਅੱਜ ਸਾਡੇ ਨਾਲ ਸਟਾਰ ਕਾਸਟ ਬੈਠੀ ਹੈ। ਦੇਖਣ ਜ਼ਰੂਰ ਜਾਣਾ, ਪੰਜਾਬੀ ਮੂਵੀ ਉੱਥੇ ਪਹੁੰਚ ਗਿਆ ਨਾ, ਪਰ ਇੰਡੀਆ ਦੀ ਪੂਰੀ ਯਾਦ ਦਵਾਏਗੀ, ਪਰ ਬ੍ਰੇਕ ਤੋਂ ਬਾਅਦ ਮੈਂ ਗੱਲ ਕਰਦੀ ਹਾਂ, ਠੀਕ ਹੈ ਤੁਹਾਡਾ? ਓਕੇ ਜੀ, ਓਕੇ। ਸੋ ਜੀ, ਆਪਾਂ ਇੱਕ ਨਿੱਕਾ ਜਿਹਾ ਛੋਟਾ ਜਿਹਾ ਬ੍ਰੇਕ ਲੈ ਲੈਂਦੇ ਹਾਂ, ਉਸ ਤੋਂ ਬਾਅਦ ਗੱਲਾਂ ਤਾਂ ਇੱਦਾਂ ਹੀ ਕੰਟੀਨਿਊ ਚੱਲਦੀਆਂ ਰਹਿਣਗੀਆਂ। ਲਓ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ। ਗੱਲਾਂ ਬਾਤਾਂ ਹੋ ਰਹੀਆਂ ਸਾਡੀਆਂ ਬਿੰਦੋ ਤਹਿਸੀਲਦਾਰ ਦੀ ਟੀਮ ਦੇ ਨਾਲ, ਅਤੇ ਬ੍ਰੇਕ ਤੋਂ ਪਹਿਲਾਂ ਗੱਲ ਹੋ ਰਹੀ ਸੀ ਕਿ ਇੱਕ ਇਨਸਾਨ ਹੈ ਜਿਹੜਾ ਪੂਰੀ ਟੀਮ ਨੂੰ ਬੜਾ ਖਿੱਚ ਕੇ ਰੱਖਦਾ ਹੈ, ਸਿਰਫ ਜਦੋਂ ਮੈਂ ਇਹਨਾਂ ਨੂੰ ਪੁੱਛਿਆ ਕਿ ਕੋਈ ਹੈਗਾ ਗੁੱਸੇ ਵਾਲਾ, ਇੱਕ ਹੀ ਬੰਦੇ ਦੀ ਗੱਲ ਹੋਈ ਸੀ, ਅਤੇ ਅਸੀਂ ਲੈ ਆਏ ਉਹਨਾਂ ਨੂੰ, ਆ ਨਾਲ ਨੇ ਜੀ ਸਾਡੇ ਅਵਤਾਰ ਜੀ, ਡਾਇਰੈਕਟਰ ਨੇ ਮੂਵੀ ਦੇ। ਸੋ ਜੀ, ਬੜੀਆਂ ਗੱਲਾਂ ਹੋ ਰਹੀਆਂ, ਇੰਨਾ ਗੁੱਸਾ, ਮੈਨੂੰ ਤਾਂ ਖੁਦ ਡਰ ਲੱਗਣ ਲੱਗ ਪਿਆ। ਇਹ ਮੈਨੂੰ ਪਿਆਰ ਹੀ ਬਹੁਤ ਕਰਦੇ ਆ, ਇਸ ਕਰਕੇ ਥੋੜੀ ਥੋੜੀ ਮੇਰੀ ਬਾਅਦ 'ਚ ਮੇਰੀ ਚੁਗਲੀ ਕਰ ਲੈਂਦੇ, ਪਰ ਇਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਮੈਂ ਬਾਹਰ ਬੈਠਾ ਸਾਰੀਆਂ ਚੁਗਲੀਆਂ ਸੁਣ ਰਿਹਾ। ਅੱਖਾਂ ਦੀ ਕੋਰੀ ਕਾਫੀ ਇਹਨਾਂ ਦੀ, ਅੱਖਾਂ ਦੀ ਕੋਰੀ ਕਾਫੀ ਆ, ਜਦੋਂ ਅੱਖਾਂ ਕੱਢ ਕੇ ਦੇਖਦੇ ਨੇ ਕਿਸੇ ਬੰਦੇ ਆ, ਉਹ ਜਿਹੜੇ ਬਾਕੀ ਜਿਹੜੇ ਹੁੰਦੇ ਨੇ ਉਹ ਅੱਖਾਂ ਨਾਲ ਹੀ ਸਮਝ ਜਾਂਦੇ ਨੇ, ਕਈ ਬੰਦੇ ਗਾਲਾਂ ਕੱਢੇ ਤੋਂ ਵੀ ਨਹੀਂ ਸਮਝਦੇ। ਅੱਛਾ, ਮਤਲਬ ਕਿ ਇੱਧਰ ਇਸ਼ਾਰਾ ਅੱਖਾਂ ਦਾ, ਹੁਣ ਅੱਖਾਂ ਨਾਲ ਮੈਂ ਵੀ ਸਮਝ ਗਈ ਕਿ ਕਿਹੜੇ ਨਹੀਂ ਸਮਝਦੇ, ਇਸ਼ਾਰਾ ਕਿੱਧਰ ਨੂੰ ਹੋ ਰਿਹਾ। ਸੋ ਮਤਲਬ ਕਈ ਵਾਰੀ ਬੰਦੇ ਬਿਨਾਂ ਇਸ਼ਾਰੇ ਤੋਂ ਹੀ ਸਮਝ ਕੇ ਡਰ ਜਾਂਦੇ ਆ। ਮੈਂ ਤਾਂ ਸਮਝ ਗਈ, ਬਿਨਾਂ ਇਸ਼ਾਰੇ ਤੋਂ ਡਰ ਜਾਂਦੇ ਆ। ਅੱਛਾ ਜੀ, ਅੱਛਾ। ਸੋ ਇਹ ਡਾਇਰੈਕਟਰ ਨੇ ਜੀ ਮੂਵੀ ਦੇ, ਮਤਲਬ ਕਿ ਆਪਾਂ ਕਹਿ ਸਕਦੇ ਹਾਂ ਕਿ ਪੂਰਾ ਉਂਗਲਾਂ ਤੇ ਨਚਾਇਆ ਹੈਗਾ ਤੁਸੀਂ, ਹੈ ਨਾ? ਨਹੀਂ ਨਹੀਂ, ਉਂਗਲਾਂ ਦੇ ਨਚਾਉਣ ਵਾਲੀ ਕੋਈ ਉਹ ਨਹੀਂ ਹੈ, ਕਿਉਂਕਿ ਇਹ ਇੱਕ ਡਾਇਰੈਕਟਰ ਦੀ ਜ਼ਿੰਮੇਵਾਰੀ ਹੁੰਦੀ ਹੈ ਇੱਕ ਪ੍ਰੋਡਕਟ ਨੂੰ ਟਾਈਮ 'ਤੇ ਕੰਪਲੀਟ ਕਰਨਾ, ਅਤੇ ਉਹਦੀ ਬਾਕੀ ਦੂਸਰੀ ਉਹਦੀ ਇੱਛਾ ਵੀ ਹੁੰਦੀ ਹੈ ਵੀ ਜਿੰਨੇ ਵੱਧ ਤੋਂ ਵੱਧ ਸ਼ਾਰਟਸ ਲੈ ਕੇ ਵਧੀਆ ਤੋਂ ਵਧੀਆ ਉਹਨੂੰ ਪ੍ਰੈਜੈਂਟ ਕੀਤਾ ਜਾ ਸਕੇ। ਦੋਨਾਂ ਚੀਜ਼ਾਂ ਨੂੰ ਜਦੋਂ ਮਿਕਸ ਕਰਦਾ ਨਾ, ਉਹਨੂੰ ਫਿਰ ਚੀਜ਼ਾਂ ਨੂੰ ਸਪੀਡ ਅਪ ਕਰਨਾ ਪੈਂਦਾ, ਸਪੀਡ ਅਪ ਕਰਨ ਵਾਸਤੇ ਫਿਰ ਵਿੱਚ ਕੁਛ ਕੁ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਨੇ ਜਿਹੜੀਆਂ ਬਾਕੀਆਂ ਨੂੰ ਬੁਰੀਆਂ ਵੀ ਲੱਗਦੀਆਂ, ਪਰ ਉਹ ਮੇਰੇ ਵਾਸਤੇ ਜ਼ਰੂਰੀ ਹੁੰਦੇ ਨੇ ਜਿਹੜਾ ਮੈਂ ਸਭ ਨੂੰ ਦੱਬ ਕੇ ਖਿੱਚ ਕੇ ਲੈ ਕੇ ਜਾਣਾ ਹੁੰਦਾ, ਅਤੇ ਪ੍ਰੋਡਕਟ ਨੂੰ ਟਾਈਮਲੀ ਕੰਪਲੀਟ ਕਰਨਾ ਹੁੰਦਾ, ਜਿਹੜਾ ਇੱਕ ਪ੍ਰੋਡਕਟ ਵਾਸਤੇ ਬਹੁਤ ਜ਼ਰੂਰੀ ਹੁੰਦਾ ਅਤੇ ਪ੍ਰੋਡਿਊਸਰ ਵਾਸਤੇ ਖਾਸ ਕਰਕੇ ਜ਼ਿਆਦਾ ਜ਼ਰੂਰੀ ਹੁੰਦਾ। ਬਿਲਕੁਲ ਜੀ, ਬਿਲਕੁਲ, ਮਤਲਬ ਕਿ ਪੂਰੀ ਜ਼ਿੰਮੇਵਾਰੀ ਆਪਾਂ ਕਹਿ ਸਕਦੇ ਹਾਂ ਤੁਹਾਡੇ 'ਤੇ ਹੁੰਦੀ ਆ ਵੀ ਕਿੱਦਾਂ ਦੀ, ਕਿਉਂਕਿ ਅੱਜ ਕੱਲ੍ਹ ਆਪਾਂ ਦੇਖਦੇ ਪੰਜਾਬੀ ਮੂਵੀਜ਼ ਦਾ ਵੀ ਬੜਾ ਕੰਪੀਟੀਸ਼ਨ ਹੋ ਗਿਆ, ਇਹ ਬੈਕ ਟੂ ਬੈਕ ਬਹੁਤ ਸਾਰੀਆਂ ਮੂਵੀਜ਼ ਆ ਰਹੀਆਂ ਨੇ, ਨਵੇਂ ਨਵੇਂ ਜਿਹੜੇ ਹੈਗੇ ਕੰਟੈਂਟ ਵੀ ਨਵਾਂ ਨਵਾਂ ਲੈ ਕੇ ਆ ਰਹੇ ਨੇ ਸਾਰੇ। ਸੋ ਇਹ ਮੂਵੀ ਮੇਰੇ ਖਿਆਲ 'ਚ ਇੱਕ ਵੂਮੈਨ ਇੰਪਾਵਰਮੈਂਟ ਦੀ ਮੂਵੀ ਹੈਗੀ, ਆਲਮੋਸਟ ਕਿਹਾ ਜਾਂਦਾ ਸੀ, ਸ਼ਿਕਾਇਤ ਹੁੰਦੀ ਸੀ ਫੀਮੇਲ ਲੀਡ ਦੀ ਕਿ ਸਾਨੂੰ ਘੱਟ ਇੰਪੋਰਟੈਂਸ ਦਿੱਤੀ ਜਾਂਦੀ ਹੈ, ਪਰ ਇਸ ਮੂਵੀ ਦੇ ਵਿੱਚ ਮੇਰੇ ਖਿਆਲ 'ਚ ਪੂਰੀ ਦਿੱਤੀ ਜਾ ਰਹੀ ਹੈ ਕਿ ਨਹੀਂ? ਬਿਲਕੁਲ ਬਿਲਕੁਲ, ਔਰ ਉਹ ਕਵਿਤਾ ਜੀ ਨੇ ਨਿਭਾਇਆ ਵੀ ਬਹੁਤ ਬਾਖੂਬੀ ਹੈ ਜੀ। ਹਾਂ, ਕਿਉਂਕਿ ਉਹ ਮੈਂ ਜਦੋਂ ਮੈਂ ਲਿਖ ਰਿਹਾ ਸੀ ਨਾ, ਉਹਦੀ ਮੇਰੇ ਜ਼ਿਹਨ 'ਚ ਚੱਲ ਰਿਹਾ ਸੀਗਾ ਵੀ ਇਹਦੇ ਵਾਸਤੇ ਮੈਨੂੰ ਦੋ ਤਹਿਸੀਲਦਾਰ ਨਹੀਂ ਹੋ ਕੌਣ ਸਕਦਾ,
ਤੇ ਉਹ ਜਿੰਨਾ ਮੈਂ ਸੋਚਿਆ ਸੀਗਾ ਉਹਨਾਂ ਨੇ ਉਸ ਤੋਂ ਵੱਧ ਹੀ ਨਿਭਾਇਆ ਜੀ। ਸੋ ਇਹ ਇਸ ਡਾਇਰੈਕਸ਼ਨ ਦੇ ਵਿੱਚ ਜਿਵੇਂ ਕਿ ਚਲੋ ਤੁਹਾਡੀਆਂ ਜੁਗਲੀਆਂ ਹੋ ਗਈਆਂ ਸੀਗੀਆਂ, ਹੁਣ ਮੈਂ ਤੁਹਾਡੇ ਕੋਲ ਪੁੱਛਾਂਗੀ ਡਾਇਰੈਕਸ਼ਨ ਜਦੋਂ ਕੀਤੀ ਬਹੁਤ ਸਾਰੇ ਕਰੈਕਟਰ ਹੁੰਦੇ ਨੇ, ਸਭ ਤੋਂ ਔਖਾ ਕਿਹੜਾ ਬੰਦੇ ਨੂੰ ਹੈਂਡਲ ਕਰਨਾ ਲੱਗਾ? ਨਹੀਂ ਨਹੀਂ ਇਦਾਂ ਕੋਈ ਨਹੀਂ, ਸਾਰੇ ਬਹੁਤ ਵਧੀਆ ਨੇ, ਸਾਰੇ ਬਹੁਤ ਵਧੀਆ ਨੇ। ਐਕਚੁਅਲੀ ਕੀ ਹੈ ਨਾ, ਇਹ ਜਦੋਂ ਅਸੀਂ ਸ਼ੂਟ ਕਰ ਰਹੇ ਸੀ ਨਾ, ਇਹ ਇੱਕ ਇਸ ਪ੍ਰੋਡਕਸ਼ਨ ਹਾਊਸ 'ਚ ਮੈਂ ਇੱਕ ਖਾਸ ਕਿਸਮ ਦੀ ਪੋਜ਼ਿਟਿਵਿਟੀ ਦੇਖੀ ਹੈ ਨਾ। ਉਹ ਇਹ ਨਹੀਂ ਲੱਗ ਰਿਹਾ ਸੀਗਾ ਵੀ ਅਸੀਂ ਕੋਈ ਇਸ ਤਰ੍ਹਾਂ ਜਿਵੇਂ ਨੋਰਮਲ ਸ਼ੂਟਸ ਹੁੰਦੇ ਨੇ ਉਸ ਤਰ੍ਹਾਂ ਸ਼ੂਟ ਕਰ ਰਹੇ ਹਾਂ, ਉਹ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਸਾਰਾ ਪਰਿਵਾਰ ਹੈ, ਚਾਚੇ ਤਾਇਆਂ ਦੇ ਮੁੰਡੇ ਸਾਰੇ ਇਕੱਠੇ ਭੈਣ ਭਰਾ ਰਲ ਕੇ ਇੱਕ ਪ੍ਰੋਡਕਟ ਬਣਾ ਰਹੇ ਹਾਂ। ਉਹਦੇ 'ਚ ਇੰਨੀ ਕੁ ਪੋਜ਼ਿਟਿਵਿਟੀ ਸੀ ਕਿ ਕਿਸੇ ਵਾਸਤੇ ਸਪੈਸ਼ਲ ਇਸ ਤਰ੍ਹਾਂ ਹੋਇਆ ਹੀ ਨਹੀਂ। ਔਰ ਮੈਨੂੰ ਇਹ ਪਤਾ ਵੀ ਮੈਂ ਬਹੁਤ ਕਈ ਜਗ੍ਹਾ ਪ੍ਰੋਡਕਟ ਦੇ ਪ੍ਰੈਸ਼ਰ 'ਚ ਆ ਕੇ ਕਈ ਜਗ੍ਹਾ ਰੂਡਲੀ ਬਿਹੇਵ ਵੀ ਕੀਤਾ ਹੋਊਗਾ, ਬਟ ਮੈਨੂੰ ਨਹੀਂ ਲੱਗਦਾ ਵੀ ਕਿਸੇ ਨੇ ਮੇਰੇ ਨਾਲ ਮੂੰਹ ਵਿੰਗਾ ਕੀਤਾ ਹੋਏਗਾ। ਸਭ ਨੂੰ ਇਹ ਪਤਾ ਸੀਗਾ ਵੀ ਇਹ ਸਾਰਾ ਕੁਝ ਜਿਹੜਾ ਕੁਝ ਹੋ ਰਿਹਾ ਪ੍ਰੋਡਕਟ ਦੀ ਬਿਹਤਰੀ ਵਾਸਤੇ ਹੋ ਰਿਹਾ। ਬਿਲਕੁਲ ਜੀ ਬਿਲਕੁਲ। ਸੋ ਜਿਵੇਂ ਮੈਂ ਤੁਹਾਡੇ ਕੋਲ ਮੂਮੈਂਟਸ ਪੁੱਛ ਰਹੀ ਸੀ, ਹੁਣ ਫਨੀ ਮੂਮੈਂਟ ਦੀ ਗੱਲ ਕਰੀਏ ਤੇ ਕਿਹੜੀ ਬੈਸਟ ਕਿਹੜੀ ਲੱਗਦੀ ਹੈ ਜੇਕਰ ਤੁਸੀਂ ਯਾਦ ਕਰੋ ਇਸ ਮੂਵੀ ਦੀ? ਦੇਖੋ ਜੀ ਇਹਦੇ 'ਚ ਤਾਂ ਹਰ ਦਿਨ ਨਵੀਂ ਹੁੰਦੀ ਸੀ ਮੂਮੈਂਟ, ਹੈ ਨਾ ਸਾਡੀ ਕੋਈ ਨਾ ਕੋਈ, ਕਿਉਂਕਿ ਵਿਆਹ ਤੋਂ ਇੱਕ ਦੋ ਦਿਨ ਪਹਿਲਾਂ ਦਾ ਜਿਹੜਾ ਮਾਹੌਲ ਹੁੰਦਾ ਉਹ ਸਾਡੇ ਸਾਰੇ ਦਿਨ ਅਸੀਂ ਸੈੱਟ ਤੇ, ਜਿੰਨੇ ਦਿਨ ਵੀ ਸਾਡਾ ਸ਼ੂਟ ਚੱਲਿਆ ਇੱਕ ਮਹੀਨੇ ਦੇ ਕਰੀਬ ਸਾਰੇ ਦਿਨ ਉਦਾਂ ਦਾ ਮਾਹੌਲ ਰਿਹਾ। ਤਾਂ ਇੱਕ ਦੋ ਦਿਨ ਵਿੱਚ ਬਾਰਿਸ਼ਾਂ ਵੀ ਆਈਆਂ ਮੈਨੂੰ ਯਾਦ ਹੈ, ਕਿਉਂਕਿ ਸਾਨੂੰ ਮੈਨੂੰ ਕੋਈ ਰੋਕਦਾ ਨਹੀਂ ਸੀ, ਮੈਂ ਜੇ ਕਿਸੇ ਨੇ ਛਤਰੀ ਲਈ ਹੋਈ ਹੈ ਤਾਂ ਮੈਂ ਉਹ ਤੋਂ ਪ੍ਰੋਡਕਸ਼ਨ ਟੀਮ ਵਾਲੇ ਤੋਂ ਕਿਸੇ ਤੋਂ ਛਤਰੀ ਮੰਗੀ ਤਾਂ ਮੈਨੂੰ ਤਾਂ ਦਊਗਾ ਹੀ, ਉਹਨੇ ਕਹਿਣਾ ਹਾਂਜੀ ਹਾਂਜੀ ਸਰ ਲਓ। ਤਾਂ ਮੈਂ ਇੱਦਾਂ ਇੱਦਾਂ ਕਰਕੇ ਮੇਰੇ ਨਾਲ ਸੁਖਦਰਸ਼ਨ ਮੇਰੇ ਨਾਲ ਹੁੰਦਾ ਮੇਰੀ ਟੀਮ 'ਚ, ਅਸੀਂ ਦੋਨਾਂ ਨੇ ਛਤਰੀਆਂ ਇਕੱਠੀਆਂ ਕਰ ਲਈਆਂ ਸਾਰੀਆਂ ਕਰਕੇ, ਤੇ ਅਸੀਂ ਵੈਨਿਟੀ 'ਚ ਲਾ ਕੇ ਅੰਦਰੋਂ ਲਾਤਾ ਲੋਕ ਭਾਈ ਬਾਹਰ ਜਾ ਰਹੀ ਹੈ ਭੱਜਣ ਦੇ ਸਾਰਿਆਂ ਨੂੰ, ਥੋੜ੍ਹਾ ਸ਼ੂਟ ਰੁਕੂਗਾ ਆਪਾਂ ਫਨ ਕਰ ਲਾਂਗੇ, ਕਿਉਂਕਿ ਡਾਇਰੈਕਟਰ ਸਾਹਿਬ ਸਾਡੇ ਭਜਾਉਂਦੇ ਬਹੁਤ ਸੀਗੇ ਸ਼ੂਟ ਨੂੰ ਵੀ, ਟਾਈਮ ਨਹੀਂ ਸੀ ਹੁੰਦਾ ਸਾਡੇ ਕੋਲ, ਨਾਲ ਦੀ ਨਾਲ ਅਸੀਂ ਰਿਹਰਸਲ ਕਰਦੇ ਸੀ, ਕੈਮਰਾ ਰੈਡੀ ਹੁੰਦਾ ਸੀ, ਇਸ ਤੋਂ ਬਾਅਦ ਤੁਹਾਡਾ ਸੀਨ ਹੈ ਜੀ, ਇਸ ਤੋਂ ਬਾਅਦ ਤੁਹਾਡਾ ਸੀਨ ਹੈ। ਕੰਮ ਬੜੀ ਰਫਤਾਰ ਨਾਲ ਸਾਡਾ ਚੱਲਿਆ, ਬੜਾ ਵਧੀਆ ਚੱਲਿਆ, ਪਰ ਸਾਨੂੰ ਇਹ ਹੁੰਦਾ ਸੀਗਾ ਵੀ ਅੱਜ ਪਕੌੜੇ ਖਾਵਾਂਗੇ, ਅਸੀਂ ਫਿਰ ਪਕੌੜੇ ਮੰਗਵਾਏ, ਫਿਰ ਚਾਹ ਪੀਤੀ, ਤਾਂ ਸਾਰੇ ਭਿੱਜੇ ਵੀ, ਸਾਰਿਆਂ ਨੂੰ ਭਜਾਉਣ ਦਾ ਜਿਹੜਾ ਸੀਗਾ ਉਹ ਛਤਰੀਆਂ ਲਕਾਉਣ ਵਾਲਾ। ਉਹਦੇ ਚ ਸਾਰੇ ਆਰਟਿਸਟ ਦੋ ਮੰਜੀਆਂ ਡਈਆਂ ਹੋਈਆਂ, ਵਿੱਚ ਟੇਬਲ ਹੈ ਤੇ ਚਾਹ ਪਾਣੀ ਦਾ ਸਮਾਨ ਰੱਖਿਆ ਹੋਇਆ, ਤੇ ਉਹ ਅਸੀਂ ਕੈਮਰਾ ਲਾਇਆ, ਜਿੱਦਾਂ ਹੀ ਕੈਮਰਾ ਲਾਉਣ ਸੀ ਬਰਸਾਤ ਆ ਜਾਂਦੀ ਸੀਗੀ, ਚਲੋ 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 ਸਾਰਿਆਂ ਨੂੰ ਅੰਦਰ, ਕਿਉਂਕਿ ਸਾਰੀਆਂ ਚੀਜ਼ਾਂ ਭਿੱਜ ਨਾ ਜਾਣ, ਹੈ ਨਾ, ਬਰਸਾਤ ਰੁਕ ਜਾਂਦੀ ਸੀਗੀ ਸਾਡੇ ਨਾਲ, ਉਸ ਦਿਨ ਰੁਕਦੀ ਸੀ ਤਾਂ ਮੰਜਾ ਬਾਹਰ ਆਉਂਦਾ ਸੀ, ਫੇਰ ਆ ਜਾਂਦੇ ਮਤਲਬ ਏਦਾਂ ਹੀ ਹੋਈਗਾ। ਉਹ ਸੀਨ ਜਿਹੜਾ ਤੁਸੀਂ ਟ੍ਰੇਲਰ 'ਚ ਵੀ ਦੇਖਿਆ ਜਿੱਥੇ ਸੋਹੀ ਸਾਹਿਬ ਤੇ ਉਹ ਰੂਪੀ ਦੀਦੀ ਕਰ ਰਹੇ, ਮੇਰੇ ਬਰਾ ਸਿੰਘ ਨੇ ਢਿੱਡ 'ਚ ਸਿੰਘ ਮਾਰ ਕੇ ਢਿੱਡ ਪਾੜਤਾ, ਉਹ ਵਾਲਾ ਸੀਨ ਅਸੀਂ ਕਰਦੇ ਸੀ, ਤਾਂ ਸਾਰੀ ਦੀ ਸਾਰੀ ਟੀਮ ਸੀ ਉੱਥੇ, ਸੀਨ ਵੀ ਬਹੁਤ ਵੱਡਾ ਸੀ ਉਹ, ਜਬਰਦਸਤੀ ਕਿਸੇ ਵੀ ਕਰਦੇ ਸੀ। ਬਹੁਤ ਸਾਰੇ ਆਰਟਿਸਟਾਂ ਦਾ ਇਹ ਸੀਗਾ, ਮੇਕਅਪ ਵੈਨਸ ਲੱਗੀਆਂ ਹੁੰਦੀਆਂ ਸੀਗੀਆਂ, ਸ਼ੂਟ ਚੱਲ ਰਿਹਾ ਕਿਸੇ ਦਾ, ਸ਼ੂਟ ਹੈ ਗਿਆ ਜਾਂ ਨਹੀਂ ਹੈ ਗਿਆ, ਸਾਰੇ ਉੱਥੇ ਬੈਠੇ, ਕੋਈ ਉਧਰਲੇ ਪਾਸੇ ਕੁਰਸੀ ਡਾਈ ਬਟਾ, ਕੋਈ ਉਧਰਲੇ ਪਾਸੇ, ਸਾਰੇ ਇੰਜੋਏ ਕਰਦੇ ਸੀ। ਵਾਕਈ ਜਦੋਂ ਆਪਾਂ ਪੰਜਾਬੀ ਮੂਵੀਮੈਨ ਕਰਮਜੀਤ ਅਨਮੋਲ ਜੀ ਦੇ ਨਾਲ ਹਮੇਸ਼ਾ ਇੰਟਰਵਿਊ ਹੁੰਦੀ ਆ, ਹਮੇਸ਼ਾ ਗੱਲ ਹੁੰਦੀ ਆ, ਹਮੇਸ਼ਾ ਹੀ ਉਹ ਕਹਿੰਦੇ ਕਿ ਮਾਹੌਲ ਬੜਾ ਵਧੀਆ ਹੁੰਦਾ ਵੀ ਸਾਰੇ ਰਲ ਮਿਲ ਕੇ, ਇੱਦਾਂ ਦਾ ਕੁਛ ਨਹੀਂ ਹੁੰਦਾ ਵੀ ਕੋਈ ਮੂੰਹ ਚੱਕ ਕੇ ਆਪਣਾ ਗੱਡੀ ਦੇ ਵਿੱਚ ਚਲਾ ਗਿਆ ਜਾਂ ਕੁਛ ਵੀ, ਸਾਰੇ ਇਕੱਠੇ ਰਹਿੰਦੇ, ਉਹਦਾ ਸਿਹਰਾ ਜਿਹੜਾ ਹੈਗਾ ਨਾ ਕਰਮਜੀਤ ਬਾਈ ਨੂੰ ਹੀ ਜਾਂਦਾ, ਕਿਉਂਕਿ ਉਹ ਸਾਰੇ ਨੂੰ ਪਲੇਜ਼ੈਂਟ ਬਣਾ ਕੇ ਰੱਖਦਾ। ਅਸੀਂ ਪ੍ਰੋਮੋਸ਼ਨ ਦਾ ਟਾਈਮ ਵੀ ਆ ਸਾਡੀ, ਮੈਂ ਦੱਸਦਿਆਂ ਜੀ ਜਿਹੜੇ ਜਿਹੜੇ ਵੀ ਸਾਨੂੰ ਸੁਣ ਰਹੇ ਨੇ ਦੇਖ ਰਹੇ ਨੇ, ਸਾਡੀ ਬੱਸ ਹੈਗੀ ਆ ਇੱਕ ਆਲਰੇਡੀ ਪੂਰੀ ਸ਼ਿੰਗਾਰੀ ਹੋਈ ਆ, ਉਹਦੇ ਤੇ ਉਹ ਲਾਈਆਂ ਹੋਈਆਂ ਨੇ ਸਾਡੀਆਂ ਫਲੈਕਸਾਂ ਲੱਗੀਆਂ ਹੋਈਆਂ ਨੇ, ਤਾਂ ਦੂਰੋਂ ਪਤਾ ਲੱਗ ਜਾਂਦਾ ਵੀ ਪ੍ਰੋਮੋਸ਼ਨ ਕਰਨ ਆ ਰਹੀ ਆ ਟੀਮ ਹਿੰਦੋ ਤਹਿਸੀਲਦਾਰਨੀ ਦੀ। ਤਾਂ ਹੁਣ ਵੀ ਅਸੀਂ ਸਾਰੀ ਦੀ ਸਾਰੀ ਟੀਮ ਇੱਕ ਬੱਸ ਦੇ ਵਿੱਚ ਹੀ ਜਾਂਦੇ ਹੈਗੇ ਆ, ਚਾਹੇ ਉਹ ਕਰਮਜੀਤ ਅਨਮੋਲ ਹੈ, ਚਾਹੇ ਮੈਂ ਹੈਗਾ, ਚਾਹੇ ਜੋ ਜਿਹੜੇ ਵੀ ਜਿੰਨੇ ਵੀ ਅਸੀਂ ਟੀਮ ਦੇ ਮੈਂਬਰ ਹੈਗੇ, ਜਿੰਨੀ ਵੀ ਕਾਸਟ ਹੈਗੀ ਸਾਡੀ, ਤਾਂ ਹੁਣ ਵੀ ਇਕੱਠੇ ਹੀ ਹਾਂ। ਸਾਡਾ ਜੀ ਨਹੀਂ ਲੱਗਦਾ ਵੀ ਅਲੱਗ ਗੱਡੀ 'ਚ ਬੈਠੀਏ ਉਹ 'ਚ ਬੈਠੀਏ, ਅਸੀਂ ਪਹਿਲਾਂ ਕਿਹਾ ਸੀ ਭਾਜੀ ਨੂੰ ਵੀ ਇੱਕ ਗੱਡੀ 'ਚ ਜਾਵਾਂਗੇ, ਕੱਪਾ ਮਾਰਦੇ ਜਾਵਾਂਗੇ, ਵਿੱਚ ਹੀ ਪ੍ਰਮੋਸ਼ਨ ਹੋਏਗੀ, ਵਿੱਚ ਹੀ ਆਪਣੇ ਪਲਾਨ ਬਣਦੇ ਜਾਣ। ਸਾਰੇ ਗੱਲ ਅੜੀ ਨੇ ਐਕਚੁਅਲੀ ਜੀ ਜੀ। ਸੋ ਵਾਕਈ ਮੇਰੇ ਖਿਆਲ ਦੇ ਵਿੱਚ ਵੀ ਕੰਫਰਟੇਬਲ ਹੋ ਜਾਂਦਾ ਜੇ ਸੈੱਟ ਤੋਂ ਪਿੱਛੇ ਇੱਦਾਂ ਦਾ ਮਾਹੌਲ ਹੁੰਦਾ ਜਦੋਂ ਸਾਰੇ ਆਪਸ ਦੇ ਵਿੱਚ ਰਲ ਮਿਲ ਕੇ ਰਹਿੰਦੇ ਨੇ, ਤੇ ਉਹ ਮੂਵੀ ਦੇ ਵਿੱਚ ਵੀ ਤਾਂ ਹੀ ਇਹ ਸਾਰਾ ਕੁਝ ਦੇਖਣ ਨੂੰ ਮਿਲਦਾ ਹੈ ਕਿ ਤੁਹਾਡੀ ਵੀ ਸਭ ਬਹੁਤ ਵਧੀਆ, ਜਿੱਦਾਂ ਮੈਨੂੰ ਲੱਗਿਆ ਕਿ ਪਿੱਛੇ ਹੱਸਦੇ ਰਹਿੰਦੇ ਸੀਗੇ ਉੱਦਾਂ ਹੀ ਸੈੱਟ 'ਤੇ ਹੈਗਾ ਆ, ਉੱਦਾਂ ਹੀ ਮੂਵੀ ਦੇ ਵਿੱਚ ਹੈ, ਇੱਦਾਂ ਹੀ ਤੁਹਾਨੂੰ ਵੀ ਹਸਾਉਣਗੇ। ਸੋ ਪਰ ਇੱਕ ਗੱਲ ਕਿ ਜਿਵੇਂ ਤੁਸੀਂ ਦੱਸਿਆ ਕਿ 80-85 ਦਾ ਦੌਰ ਥੋੜ੍ਹਾ ਦਿਖਾਇਆ ਗਿਆ ਇਸ ਮੂਵੀ ਦੇ ਵਿੱਚ, ਤੁਸੀਂ ਅੱਜ ਦੇ ਮਾਡਰਨ ਮੁੰਡੇ ਹੋ, ਸੋ ਥੋੜ੍ਹਾ ਮੁਸ਼ਕਿਲ ਨਹੀਂ ਲੱਗਾ ਕੁਛ?
ਨਹੀਂ ਅਸੀਂ ਉਹ ਪਿੰਡਾਂ ਦੇ ਵਿੱਚ ਰਹੇ ਹੋਏ ਹਾਂ, ਮੈਂ ਤਾਂ ਦੇਖੇ ਹੋਏ ਨੇ ਉਹ, ਮਤਲਬ ਉਸ ਤਰ੍ਹਾਂ ਦੇ ਘਰ ਵੀ ਦੇਖੇ ਹੋਏ ਨੇ ਜਦੋਂ ਕੰਧਾਂ ਨੂੰ ਪਲਸਤਰ ਨਹੀਂ ਸੀ ਕਰਦੇ ਹੁੰਦੇ, ਹਨਾ ਹੁੰਦਾ ਹੀ ਨਹੀਂ ਸੀ, ਉਦੋਂ ਟੀਪ ਟੂਬ ਜੀ ਕਰਕੇ ਕੰਮ ਸਰਦੇ ਹੁੰਦੇ, ਉਦਾਂ ਦਾ ਸਟਰਕਚਰ ਹੈਗਾ ਸਾਡੇ ਘਰਾਂ ਦਾ, ਤਾਂ ਉਸ ਤਰ੍ਹਾਂ ਦੇ ਮਾਹੌਲ ਹੈ। ਮੈਨੂੰ ਯਾਦ ਹੈ ਅਸੀਂ ਪਿੰਡਾਂ ਦੇ ਰਹਿਣ ਵਾਲੇ, ਖੇਤੀਬਾੜੀ ਵੀ ਕਰਦੇ ਰਹੇ ਹਾਂ, ਸਾਡੇ ਤੁਸੀਂ ਟਰੈਕਟਰ ਦੇਖੋਗੇ ਉਸ ਟਾਈਮ ਦੇ, ਫੋਰਡ ਦੇਖੋਗੇ ਉਹਦੇ ਵਿੱਚ ਸਵਰਾਜ ਟਰੈਕਟਰ, ਜੇ ਤੁਸੀਂ ਜਾਣਦੇ ਹੋ 735 ਪਿੰਡਾਂ ਵਾਲਿਆਂ ਨੂੰ ਪਤਾ, ਤਾਂ ਉਹ ਫੋਰਡ ਟਰੈਕਟਰ ਉਦੋਂ ਨਵੇਂ ਨਵੇਂ ਆਏ ਸੀ ਉਹ ਉਸ ਟਾਈਮ 'ਚ ਆਪਣੇ, ਤਾਂ ਅਸੀਂ ਮੈਂ ਖੁਦ ਚਲਾਇਆ ਟਰੈਕਟਰ ਉਦੋਂ ਦੀ ਫਿਲਮ ਆ ਉਹ। ਅੱਛਾ, ਉਹ ਮਾਹੌਲ ਦੇ ਵਿੱਚ ਅਸੀਂ ਬੜੇ ਹੋਏ ਹਾਂ, ਉਹ ਮਾਹੌਲ ਦੇ ਵਿੱਚ ਖੇਡੇ ਪਲੇ ਹਾਂ, ਤਾਂ ਸਾਨੂੰ ਸੌਖਾ ਲੱਗਿਆ। ਤੇ ਤੁਹਾਨੂੰ ਤਾਂ ਔਖਾ ਨਹੀਂ ਲੱਗਾ? ਨਹੀਂ ਨਹੀਂ ਬਿਲਕੁਲ ਵੀ ਨਹੀਂ, ਕਿਉਂਕਿ ਇਹ ਤਾਂ ਆਲਰੇਡੀ ਆਪ ਇੰਜੋਏ ਕਰਦੇ ਸੀ, ਕਿਉਂਕਿ ਮੈਂ ਦੇਖਿਆ ਨਹੀਂ ਸੀ ਔਰ ਜੇ ਮੈਂ ਦੇਖ ਰਹੀ ਸੀ ਮੈਨੂੰ ਕੰਮ ਕਰਕੇ ਮਜ਼ਾ ਆ ਰਿਹਾ ਸੀਗਾ। ਇਹ ਉਹਨੀ ਕਾਉਂਸਲਿੰਗ ਹੋ ਜਾਂਦੀ ਸੀ ਨਾ। ਅੱਛਾ, ਇਹ ਤਾਂ ਬਟ ਸੱਚੀ ਮੈਂ ਨਾ ਮਤਲਬ ਜਦੋਂ ਮੈਂ ਜੇ ਮੈਂ ਅੱਜ ਕਹਾਂਗੀ, ਕਿਉਂਕਿ ਮੈਂ ਵੈਸੇ ਵੀ ਇਹਨਾਂ ਨੂੰ ਕਹਿੰਦੀ ਰਹੀ ਹਾਂ ਪਹਿਲਾਂ ਵੀ ਕਿ ਮੇਰੀ ਜਿਹੜੀ ਵੀ ਆਹ ਫਿਲਮ 'ਚ ਮੇਰਾ ਰੋਲ ਹੈ ਜਾਂ ਮੇਰਾ ਕੈਰੈਕਟਰ ਹੈਗਾ ਪਰਫਾਰਮੈਂਸ ਹੈਗੀ ਹੈ, ਉਹਦਾ ਸਾਰਾ ਕ੍ਰੈਡਿਟ ਅਵਤਾਰ ਭਾਜੀ ਨੂੰ ਜਾਂਦਾ ਹੈ। ਇਹਨਾਂ ਨੇ ਮੇਰੇ ਤੋਂ ਬਹੁਤ ਵਧੀਆ ਕਰਾਇਆ ਹੈ। ਮੈਂ ਸੱਚੀ ਕਹਾਂ, ਮੈਂ ਹੋਰ ਵੀ ਫਿਲਮਾਂ ਕੀਤੀਆਂ, ਬਟ ਆਈ ਫੀਲ ਜਿਸ ਤਰੀਕੇ ਨਾਲ ਸਮਝਾਉਂਦੇ ਸੀਗੇ, ਜਿਸ ਤਰੀਕੇ ਨਾਲ ਮੈਨੂੰ ਕਢਵਾ ਲੈਂਦੇ ਸੀਗੇ, ਲਾਈਕ ਜੇ ਮੈਨੂੰ ਕਦੀ ਕਿਤੇ ਔਖਾ ਵੀ ਲੱਗਦਾ ਸੀ ਨਾ, ਉਸ ਟਾਈਮ ਤੇ ਮੈਨੂੰ ਲੱਗਦਾ ਚਲੋ ਅਵਤਾਰ ਭਾਜੀ ਮੈਨੂੰ ਕਰਾ ਲੈਣਗੇ, ਸਮਝਾ ਆਪੇ ਹੋ ਜਾਊਗਾ ਸਾਰਾ ਕੁਛ। ਸੋ ਯਾ, ਬਹੁਤ ਮਜ਼ੇ ਆਉਂਦੇ ਸੀਗੇ। ਬਿਲਕੁਲ ਜੀ, ਜਿਵੇਂ ਕਿ ਬਹੁਤ ਸਾਰੀ ਸਾਡੀ ਆਡੀਅੰਸ ਜਿਹੜੀ ਆ ਜਦੋਂ ਮੂਵ ਹੋਈ 80-85 ਦੇ ਦੌਰ 'ਚ ਵੀ ਬੜੇ ਗਏ ਹੋਣੇ, ਹਮੇਸ਼ਾ ਮਿਸ ਕਰਦੇ ਨੇ ਉਹ ਪੰਜਾਬ ਨੂੰ, ਇੰਡੀਆ ਨੂੰ। ਸਾਨੂੰ ਪਤਾ ਹੀ ਹੈ ਕਿ ਪੰਜਾਬੀ ਭਾਵੇਂ ਜਿੱਥੇ ਮਰਜ਼ੀ ਚਲੇ ਜਾਣ ਹਮੇਸ਼ਾ ਉਹੀ ਚੀਜ਼ਾਂ ਨੂੰ ਮਿਸ ਕਰਦੇ, ਅਤੇ ਇਸ ਮੂਵੀ ਦੇ ਵਿੱਚ ਸਾਰਾ ਉੱਦਾਂ ਦਾ ਮਾਹੌਲ ਜਿਹੜਾ ਤੁਸੀਂ ਇੱਥੇ ਛੱਡ ਕੇ ਗਏ ਸੀਗੇ ਪਿੰਡਾਂ ਦੇ ਵਿੱਚ, ਉਹ ਦੇਖਣ ਨੂੰ ਜ਼ਰੂਰ ਮਿਲੇਗਾ ਤੁਹਾਨੂੰ। ਸੋ ਸਰ, ਜਿਵੇਂ ਆਪਾਂ ਇਸ ਮੂਵੀ ਦੀ ਡਾਇਰੈਕਸ਼ਨ ਦੀ ਗੱਲ ਕਰਦੇ ਹਾਂ, ਇੱਕ ਤਾਂ ਹੁੰਦਾ ਚਲੋ ਠੀਕ ਹੈ ਪਹਿਲਾਂ ਹੀ ਸਕ੍ਰਿਪਟ ਲਿਖੀ ਗਈ, ਸਾਰਾ ਕੁਛ ਉਸ ਤਰੀਕੇ ਦੇ ਨਾਲ ਚੱਲਿਆ ਗਿਆ, ਕੋਈ ਐਟ ਦੀ ਸਪੋਟ ਵੀ ਹੋਇਆ ਕਿ ਹੁਣ ਇਹ ਸੀਨ ਨੂੰ ਚੇਂਜ ਕਰ ਲਈਏ ਜਾਂ ਕੁਛ ਨਵਾਂ ਲੈ ਆਈਏ? ਐਕਚੁਅਲੀ ਕੀ ਹੁੰਦਾ ਨਾ, ਜਦੋਂ ਕਰਮਜੀਤ ਬਾਈ ਸਾਡੇ ਨਾਲ ਹੁੰਦੇ ਨੇ ਨਾ, ਸਕ੍ਰਿਪਟ ਸਾਰੀ ਉਹੀ ਰਹਿੰਦੀ ਹੈ, ਸਟੋਰੀ ਸਾਰੀ ਉਹੀ ਰਹਿੰਦੀ ਹੈ, ਸਕਰੀਨ ਪਲੇ ਸਾਰਾ ਉਹੀ ਰਹਿੰਦਾ, ਜਿਹੜੇ ਡਾਇਲੋਗ ਪੋਰਸ਼ਨ ਹੁੰਦਾ ਨਾ ਉਹ ਅਪਰੋਕਸੀਮੇਟ 50% ਆਪਣੇ ਆਪ ਹੀ ਚੇਂਜ ਹੋ ਜਾਂਦਾ। ਕਰਮਜੀਤ ਬਾਈ ਦੀ ਇੱਕ ਖਾਸੀਅਤ ਹੈ, ਉਹ ਜਿਹੜਾ ਦਾਇਰਾ ਹੁੰਦਾ ਨਾ, ਇੱਕ ਦਾਇਰਾ ਜਿਹੜਾ ਡਾਇਰੈਕਟਰ ਦਾ ਬਣਾਇਆ ਹੁੰਦਾ ਦਾਇਰਾ, ਉਹਦੇ ਵਿੱਚ ਬਹੁਤ ਖੂਬਸੂਰਤ ਖੇਡਦੇ ਨੇ, ਇਸ ਕਰਕੇ ਜਿਹੜਾ ਆਪਦਾ ਦਾਇਰਾ ਪੂਰਾ ਕਵਰ ਕਰਕੇ ਉਹ ਜਿਹੜਾ ਪੇਪਰ ਹੈ ਕਰਮਜੀਤ ਬਾਈ ਨੂੰ ਫੜਾ ਦੇ, ਲਓ ਜੀ ਬਾਈ ਜੀ ਹੁਣ ਇਹ ਤੁਹਾਡੇ ਹਵਾਲੇ, ਹੁਣ ਤੁਸੀਂ ਉਹਦੇ ਹਿਸਾਬ ਨਾਲ ਉਹ ਕਰ ਦਿਓ, ਉਹ ਮਤਲਬ ਜਿਹੜਾ ਲਾਸਟ ਵਾਲਾ 25-30% ਹੈ ਨਾ, ਉਹ ਜਿਹੜਾ ਕ੍ਰੈਡਿਟ ਜਿਹੜਾ ਗੋਸ ਟੂ ਕਰਮਜੀਤ ਬਾਈ, ਉਹਨਾਂ ਨੇ ਵੈਸੇ ਹੀ ਕਰਨਾ, ਉਹ ਇਕੱਲਾ ਇਸੇ ਫਿਲਮ 'ਚ ਨਹੀਂ ਕਿ ਉਹਨਾਂ ਦੀ ਪ੍ਰੋਡਿਊਸ ਕੀਤੀ ਹੈ ਸਾਡੀ, ਅਸੀਂ ਪਿੱਛੇ ਲੱਡੂ ਬਰਫੀ ਵੀ ਕੀਤੀ ਸੀਗੀ, ਉਹਦੇ 'ਚ ਵੀ ਇਹੀ ਹਾਲ ਸੀਗਾ। ਔਰ ਦੂਸਰੀ ਗੱਲ ਇਹ ਹੈ ਵੀ ਇਹ ਇਕੱਲਾ ਕਰਮਜੀਤ ਬਾਈ ਦੇ ਸੀਨਸ ਨਾਲ ਨਹੀਂ ਹੁੰਦਾ, ਬਾਕੀ ਸਾਰਾ ਉਹ ਫਿਲਮ 'ਚ ਉਹ ਪ੍ਰੋਡਿਊਸਰ ਨੇ ਨਹੀਂ ਹੈਗੇ ਜੋ ਵੀ ਹੈਗਾ ਉਹਨਾਂ ਦੇ, ਮਤਲਬ ਫਿਲਮ 'ਚ ਕਿੰਨਾ ਉਹਨਾਂ ਦਾ ਸੀਨ ਨੇ ਉਹ ਕੋਈ ਮੈਟਰ ਨਹੀਂ ਕਰਦਾ, ਉਹਨਾਂ ਨਾਲ ਵੈਸੇ ਹੀ ਸਾਰਿਆਂ ਨੂੰ ਬਿਠਾ ਕੇ ਉਹਨਾਂ ਨਾਲ ਡਿਸਕਸ ਕਰ ਲਈਦਾ, ਉਹਨਾਂ ਦੀ ਆਊਟਪੁੱਟ ਐਡੀ ਖੂਬਸੂਰਤ ਹੁੰਦੀ ਹੈ, ਅਤੇ ਉਹ ਬਿਲਕੁਲ ਦਾਇਰੇ ਦੇ ਵਿੱਚ ਹੁੰਦੀ ਹੈ ਜਿਹੜੀ ਡਾਇਰੈਕਟਰ ਨੂੰ ਨਹੀਂ ਹਿਲਾਉਂਦੀ, ਤੁਹਾਡੀ ਸਕ੍ਰਿਪਟ ਨੂੰ ਨਹੀਂ ਹਿਲਾਉਂਦੀ। ਸੋ ਉਹ ਇਹਦੇ 'ਚ ਵੀ ਹੈਗੀ ਹੈ, ਅਪਰੋਕਸੀਮੇਟ 30% ਦੀ ਜਿਹੜੀ ਹੈਗੀ ਹੈ ਉਹ ਇਹਦੇ 'ਚ ਉਹ ਦੇਖਣ ਨੂੰ ਮਿਲੇਗੀ। ਸੋ ਹੁਣ ਸਾਡੇ ਨਾਲ ਰਾਜਵੀਰ ਜੀ ਨੇ, ਅਤੇ ਆਪਾਂ ਗਾਣਾ ਨਾ ਸੁਣੀਏ, ਕਿੱਦਾਂ ਹੋ ਸਕਦਾ? ਹਾਂ ਹਾਂਜੀ ਬਿਲਕੁਲ, ਉਹ ਵੀ ਉਸਲ ਵੱਟੇ 'ਚ ਲਈ ਜਾਂਦਾ। ਮੇਰਾ ਵੀ ਬਹੁਤ ਦਿਲ ਕਰ ਰਿਹਾ ਮੈਂ ਤੁਹਾਨੂੰ ਗਾਣਾ ਸੁਣਾਵਾਂ। ਸੁਣਾਓ ਜੀ। ਦੇਖੋ ਜੀ, ਗਾਣੇ ਗਾ ਕੇ ਤਾਂ ਥੱਕ ਜਾਈਦਾ, ਇੰਨੇ ਗਾਣੇ ਗਾਈਦਾ। ਚਲੋ ਮੈਂ ਸੁਣਾਉਣਾ ਤੁਹਾਨੂੰ ਮਿੰਦੋ ਤਹਿਸੀਲਦਾਰਨੀ ਫਿਲਮ ਦਾ ਮਿਊਜ਼ਿਕ, ਤੁਸੀਂ ਬਹੁਤ ਜ਼ਿਆਦਾ ਪਸੰਦ ਕੀਤਾ, ਗਾਣੇ ਸਾਡੇ ਆਲਰੇਡੀ ਆਈ ਜਾਂਦੇ ਨੇ। ਇਹਦੇ ਵਿੱਚ ਦੋ ਗਾਣੇ ਮੈਂ ਗਾਇਆ, ਕਰਮਜੀਤ ਬਾਈ ਜੀ ਨੇ ਗਾਇਆ ਔਰ ਸਿਕੰਦਰ ਬਾਈ ਜੀ ਨੇ ਗਾਇਆ ਗਾਣਾ, ਬਹੁਤ ਸੋਹਣੇ ਇਹਦੇ ਗਾਣੇ ਨੇ। ਉਹਦੇ 'ਚੋਂ ਇੱਕ ਗਾਣਾ ਜਿਹੜਾ ਟਾਈਟਲ ਟਰੈਕ ਹੈਗਾ ਉਹ ਮੈਂ ਤੁਹਾਨੂੰ ਸੁਣਾਉਣਾ। ਕਿੱਥੋਂ ਸ਼ੁਰੂ ਹੁੰਦਾ ਉਹ? ਚੱਲਦੇ ਗੰਡਾਸੇ ਕਹਿੰਦੇ ਮੇਥੋਂ ਉਮੀਦ ਨਾ ਕਰ ਗਾਉਣ ਦੀ, ਬੜੀ ਗੱਲ ਤਾਂ ਉਮੀਦ ਰੱਖ ਬੈਠਿਆ, ਇਹ ਤਾਂ ਮੇਰੇ ਵਾਲੀ ਗੱਲ ਹੋ ਗਈ। ਨਹੀਂ ਨਹੀਂ ਮੈਂ ਸੁਣਾਉਂਦਾ। ਹਾਂ, ਚੱਲਦੇ ਗੰਡਾਸੇ ਕਹਿੰਦੇ ਮੋਹਰ ਬੋਲਦਾ, ਨਹੀਂ ਜੋਸ਼ ਬੋਲਦਾ, ਜੋਸ਼ ਬੋਲਦਾ, ਚੱਲਦੇ ਗੰਡਾਸੇ ਕਹਿੰਦੇ ਜੋਸ਼ ਬੋਲਦਾ। ਅਗਲੀ ਲਾਈਨ ਕਰਮਜੀਤ ਬਾਈ ਬੈਠੇ ਹੁੰਦੇ ਗਾਉਂਦੇ ਹੁੰਦੇ ਜਿਹੜੀਆਂ ਸੁਣਨੀਆਂ ਹੈਗੀਆਂ ਨਾ, ਤੁਸੀਂ ਦੇਖ ਸਕਦੇ ਹੋ ਜੀ, ਗਾਣਾ ਸਰਚ ਕਰੋ ਹੁਣੇ ਯੂਟਿਊਬ ਤੇ। ਬਿਲਕੁਲ ਬਿਲਕੁਲ, ਹੁਣ ਆਪਣੇ ਕੋਲ ਟਾਈਮ ਹੋ ਗਿਆ ਖਤਮ, ਤੇ ਸਾਰਿਆਂ ਨੂੰ ਕੁਝ ਇਦਾਂ ਦਾ ਕਹਿ ਦੋ ਕਿ ਪਹੁੰਚ ਜਾਣਾ 28 ਜੂਨ ਨੂੰ ਥੀਏਟਰਸ ਦੇ ਵਿੱਚ, ਕੋਈ ਰਵੇ ਨਾ। ਅਵਤਾਰ ਬਾਈ ਜੀ ਨਹੀਂ ਇਸ਼ਾ ਕਹੂਗੀ, ਕੁੜੀਆਂ ਦੀ ਵੱਧ ਮੰਨਦੇ ਆ ਲੋਕ। ਚਲੋ ਠੀਕ ਹੈ ਜੀ, ਸਾਡੀ ਫਿਲਮ ਅਸੀਂ ਬਹੁਤ ਬਹੁਤ ਮਿਹਨਤ ਅਤੇ ਬਹੁਤ ਦਿਲੋਂ ਨਾਲ ਬਣਾਈ ਹੈ, ਦਿਲ ਦੇ ਨਾਲ ਬਣਾਈ ਹੈ। ਤੁਸੀਂ ਪਲੀਜ਼ 28 ਜੂਨ ਨੂੰ ਫਿਲਮ ਦੇਖਣ ਜ਼ਰੂਰ ਆਓ, ਜੋ ਤੁਸੀਂ ਟ੍ਰੇਲਰ ਨੂੰ ਇੰਨਾ ਪਿਆਰ ਦਿੱਤਾ ਹੈ ਉਸ ਤੋਂ ਕਈ ਜ਼ਿਆਦਾ ਤੁਹਾਨੂੰ ਫਿਲਮ 'ਚ ਦੇਖਣ ਨੂੰ ਮਿਲੂਗਾ, ਅਤੇ 28 ਜੂਨ ਨੂੰ ਮਿੰਦੋ ਤਹਿਸੀਲਦਾਰ ਦੀ।
ਬਿਲਕੁਲ ਜੀ ਬਿਲਕੁਲ ਸੋ 28 ਜੂਨ ਨੂੰ ਜ਼ਰੂਰ ਪਹੁੰਚਣਾ ਹੈਗਾ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈਗੀ ਹੈ ਕਿ ਜਿੱਦਾਂ ਦਾ ਪੰਜਾਬ ਤੁਸੀਂ ਛੱਡ ਕੇ ਗਏ ਸੀ ਜਿਹਨੂੰ ਤੁਸੀਂ ਮਿਸ ਕਰਦੇ ਹੋ ਤਹਿਸੀਲਦਾਰਾਂ ਦੇ ਨਾਲ ਕੰਮ ਤੁਹਾਨੂੰ ਵੀ ਬਹੁਤ ਪਏ ਹੋਣਗੇ ਉਹ ਸਾਰੀਆਂ ਯਾਦਾਂ ਜਿਹੜੀਆਂ ਇਸ ਮੂਵੀ ਨੂੰ ਦੇਖ ਕੇ ਤੁਹਾਡੀਆਂ ਤਾਜ਼ਾ ਹੋ ਜਾਣੀਆਂ ਨੇ ਔਰ ਤੁਹਾਨੂੰ ਕਚਹਿਰੀਆਂ 'ਚ ਜਾਣ ਦੀ ਹੁਣ ਲੋੜ ਨਹੀਂ ਕਚਹਿਰੀਆਂ ਦੇ ਵਿੱਚ ਆਪਾਂ ਜਾਂਦੇ ਹਾਂ ਪਿੰਡਾਂ ਵਾਲੇ ਸਾਨੂੰ ਕੰਮ ਕਾਰ ਪੈਂਦੇ ਰਹਿੰਦੇ ਨੇ ਤਾਂ ਹੁਣ ਤੁਸੀਂ ਤਹਿਸੀਲਦਾਰ ਸਾਹਿਬ ਨੂੰ ਮਿਲਣਾ ਹੈ ਤਾਂ ਥੀਏਟਰ 'ਚ ਜਾਓ 28 ਤਰੀਕ ਨੂੰ ਉੱਥੇ ਤੁਹਾਨੂੰ ਮਿਲਣਗੇ ਤਾਂ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਉੱਥੇ ਹੀ ਕਰਨਾ ਬਿਲਕੁਲ ਤਹਿਸੀਲਦਾਰ ਮਿਲੋ ਬਹੁਤ ਘੈਂਟ ਜੀ ਤਹਿਸੀਲਦਾਰ ਨਹੀਂ ਮਿਲੇਗੀ ਸੋ ਜੀ ਸਾਰੇ ਇਕੱਠੇ ਕਹਿ ਦਿੰਦੇ ਹਾਂ ਹੁਣ ਐਂਡ ਵੀ ਕਰ ਦਿੰਦੇ ਹਾਂ ਨਾਲ ਦੀ ਨਾਲ ਸਾਰਿਆਂ ਨੇ ਪਹੁੰਚਣਾ ਜੀ 28 ਜ਼ਰੂਰ ਨੂੰ ਜਾ ਕੇ ਜ਼ਰੂਰ ਹੱਸੋ ਥੀਏਟਰਸ ਦੇ ਵਿੱਚ ਤੇ ਆਪਣੇ ਪੰਜਾਬ ਨੂੰ ਚੇਤਾ ਕਰੋ ਤੇ ਮੈਨੂੰ ਪ੍ਰੀਤ ਨੂੰ ਤੇ ਮੇਰੇ ਨਾਲ ਸਾਰੀ ਟੀਮ ਨੂੰ ਦੇ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ